ਪਰ ਮੈਨੂੰ ਰਾਮੂ ਵਾਲੀਆ ਸਾਹਿਬ ਦੀ ਵੀ ਗੱਲ ਚੇਤੇ ਆ ਜਾਂਦੀ ਹੈ, ਕਹਿੰਦੇ ਖੁਸਰਿਆਂ ਦੇ ਦੋ ਮੁੰਡੇ ਹੋ ਸਕਦੇ ਆ ਪਰ ਬਾਦਲ ਕਹਿੰਦਾ ਹੁਣ ਕੁਛ ਨਹੀਂ ਹੋ ਸਕਦਾ। ਪਿੱਛੇ ਰਣਜੀਤ ਬਰਾੜ ਨੇ 5-7 ਇੰਟਰਵਿਊਆਂ ਦਿੱਤੀਆਂ ਤੇ ਢੀਂਡਸਾ ਤੇ ਬੀਬੀ ਜਗੀਰ ਕੌਰ ਤੇ ਚੰਦੂ ਮਾਜਰਾ ਤੇ ਸਾਰੇ ਕਹਿਣ ਵੀ ਅਸੀਂ ਬਰੀ ਹੋ ਜਾਵਾਂਗੇ, ਐਂ ਬਰੀ ਨਹੀਂ ਹੁੰਦੇ। ਇਹੀ ਚੰਦੂ ਮਾਜਰਾ ਸਾਹਿਬ ਕਹਿੰਦੇ ਸੀ ਕਿ ਪੁਸ਼ਾਕ ਭੇਟ ਹੀ ਮੈਂ ਕਰਕੇ ਆਇਆ। ਇੱਕ ਟਾਈਮ ਇਹੋ ਜਿਹਾ ਵੀ ਆਇਆ ਸਿੱਖਾਂ ਨੇ ਕਿਹਾ ਕਿ ਅਸੀਂ ਦੀਵਾਲੀ ਨਹੀਂ ਮਨਾਉਣੀ ਤਾਂ ਅਸੀਂ ਮਲੂਕਾ ਕਹਿੰਦਾ ਸੀ ਮੈਂ ਮਨਾਊ ਦੀਵਾਲੀ, ਰੋਕੋ ਕਿਹੜਾ ਰੋਕਦਾ। ਇਹੀ ਹਰਸਿਮਰਤ ਕੌਰ ਬਾਦਲ ਭਾਈ ਅੰਮ੍ਰਿਤਪਾਲ ਦੇ ਉਲਟ ਬੋਲਦੀ ਸੀ। ਇਸੇ ਹਰਸਿਮਰਤ ਬਾਦਲ ਦਾ ਭਰਾ ਮਜੀਠੀਆ ਕਹਿੰਦਾ ਮੈਨੂੰ 10 ਮਿੰਟ ਦਿਓ ਅੰਮ੍ਰਿਤਪਾਲ ਨੂੰ ਸਿੱਧਾ ਕਰ ਦੂੰ। 543 'ਚੋਂ ਇੱਕ ਚੁਣਿੰਦਾ ਬੰਦਾ ਹੋਵੇ ਉਹਨੂੰ ਤੁਸੀਂ ਝੂਠੀ NSA ਲਾ ਕੇ ਡਿਬਰੂਗੜ੍ਹ ਜੇਲ੍ਹ 'ਚ ਰੱਖਿਆ ਹੋਇਆ। ਸਰਕਾਰ ਇੱਕ ਸਾਡੀ ਜੈਨੋਸਾਈਡ ਕਰ ਰਹੀ ਹੈ। ਤੇ ਫਿਰ ਜੇ ਬਾਹਰ ਨਾ ਆਉਂਦੇ ਤਾਂ ਤੇ ਪੰਜਾਬ ਦੇ ਲੋਕ ਜਿਹੜੇ ਉਡੀਕ ਰਹੇ ਨੇ ਕਿ ਨਵੀਂ ਪਾਰਟੀ ਦੀ ਗੱਲ ਚੱਲ ਰਹੀ, ਬਹੁਤ ਕੁਝ ਚੱਲ ਰਿਹਾ। ਪਤਾ ਲੱਗ ਜੂ ਪੰਜਾਬ ਦੇ ਲੋਕਾਂ ਨੂੰ ਵੀ ਹੈ। ਜਦੋਂ ਚਰਨਜੀਤ ਚੰਨੀ ਵਰਗਾ ਬੜਕ ਮਾਰਦਾ ਕਿ ਮੈਂ ਪੰਜਾਬ ਦੇ ਕਿਸਾਨਾਂ ਤੇ ਕਿਉਂ ਪਰਚਾ ਕੱਟਾਂ, ਜੇ ਉਹ ਇਹ ਚੀਜ਼ ਨੂੰ ਰੋਕ ਸਕਦਾ ਜਦੋਂ ਪ੍ਰਧਾਨ ਮੰਤਰੀ ਪੰਜਾਬ 'ਚ ਆਉਂਦਾ ਤੇ ਕੀ ਪੰਜਾਬ ਦੇ ਮੁੱਖ ਮੰਤਰੀ ਹੋਣ ਵਾਲੀ ਜ਼ਰੂਰਤ ਨਹੀਂ ਹੈ ਕਿ ਉਹ ਕਵੇ ਮੈਂ ਪੰਜਾਬ ਦੇ ਮੁੰਡਿਆਂ ਨੂੰ ਬਾਹਰ ਦੀ ਜੇਲ੍ਹ 'ਚ ਕਿਉਂ ਰੱਖਾਂ। ਜੇ ਭਗਵੰਤ ਮਾਨ 'ਚ ਜ਼ਰੂਰਤ ਹੁੰਦੀ ਨਾ ਤੇ ਸਾਡੇ ਬੱਚੇ ਸ਼ੁਭ ਕਰਨ ਨੂੰ ਪੰਜਾਬ ਵਾਲੇ ਪਾਸੇ ਆ ਕੇ ਨਾ ਮਾਰ ਕੇ ਜਾਂਦੇ। ਪਰ ਜ਼ਰੂਰਤ ਤਾਂ ਮੈਨੂੰ ਹੋਰਨਾਂ 'ਚ ਵੀ ਨਹੀਂ ਦਿਸਦੀ ਕਿ ਅਕਾਲੀ ਦਲ ਵੀ ਬੜਾ ਚੁੱਪ ਰਿਹਾ ਅੱਜ, ਬਹੁਤ ਉਹਨਾਂ ਨੇ ਰੌਲਾ ਪਾਇਆ ਕਿ ਸਾਡਾ ਪ੍ਰਧਾਨ ਮਾੜਾ ਜਾਂ ਇਦਾਂ ਉਦਾਂ ਬੋਲੇ ਤਾਂ ਇਹ ਵੀ ਨਹੀਂ, ਉਦੋਂ ਇਹ ਵੀ ਤਾਂ ਸਾਰੇ ਉਹਨਾਂ ਦੇ ਨਾਲ ਰਲ ਕੇ ਬੈਠੇ ਰਹੇ। ਜਿਹੜੇ ਅੱਜ ਇਹ ਬੀਬੀ ਜਗੀਰ ਕੌਰ ਹੈ ਚਾਹੇ ਚੰਦੂ ਮਾਜਰਾ ਜੀ ਹੈ ਚਾਹੇ ਢੀਂਡਸਾ ਸਾਹਿਬ ਹੈ, ਅੱਜ ਇਹਨਾਂ ਨੇ ਬੜਾ ਪਿੱਟ ਸਿਆਪਾ ਪਾਇਆ ਹੋਇਆ ਕਿ ਸੁਖਵੀਰ ਬਾਦਲ ਨੂੰ ਹਟਾਓ। ਇਹ ਬੋਲਦੇ ਕਦੋਂ ਆਪਣੇ ਲਈ? ਫਿਰ ਇਹ ਤਾਂ ਉਦੋਂ ਬੋਲਦੇ ਆ ਜਦੋਂ ਇਹਨਾਂ ਦੀ ਕੁਰਸੀ ਖਿਸਕਦੀ ਹੈ। ਇਹ ਡਰਾਮਾ ਕਰ ਰਹੇ, ਡਰਾਮਾ ਹੀ ਹੈ। ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਅਸੀਂ ਪਰ ਸਾਡੇ ਨਾਲ ਮਤਰੇਈ ਮਾਂ ਦਾ ਸਲੂਕ ਹੁੰਦਾ, ਇਹ ਵਰਤਾਰਾ ਕੋਈ ਨਵਾਂ ਨਹੀਂ। ਸਾਡਾ ਇੱਕ ਨੌਜਵਾਨ ਮੁੰਡਾ ਸੀ ਨਵਦੀਪ, ਵਾਟਰ ਕੈਨਨ ਵਾਲਾ, ਕਿਸਾਨੀ ਮੋਰਚੇ ਉਸ ਬੱਚੇ ਨੇ ਬਹੁਤ ਭੂਮਿਕਾ ਨਿਭਾਈ, ਪਰ ਸਿੱਖ ਹੋਣ ਕਰਕੇ ਉਹ ਸਰਕਾਰਾਂ ਦੇ ਟਾਰਗੇਟ ਸੀ। ਅੱਜ ਉਸ ਬੱਚੇ ਧਿਆਨ ਮਨੁੱਖੀ ਤਸ਼ੱਦਦ ਹੋ ਰਿਹਾ। ਸੁੱਕ ਸਕਦੇ ਨੇ ਸਮੁੰਦਰ, ਹਿੱਲ ਸਕਦੀ ਹਿਮਾਲਾ, ਪਰ ਇਹ ਬੁੱਝ ਨਹੀਂ ਸਕਦੀ ਹੈ ਸਿੱਖੀ ਦੀ ਜਵਾਲਾ। ਇਹ ਜੋਤ ਹੈ ਇਲਾਹੀ, ਜਗੇਗੀ ਨਿਰੰਤਰ, ਖਾਲਸਾ ਅਮਰਾ ਅਮਰ ਹੈ ਖਾਲਸਾ। ਜਿੰਨਾ ਮਰਜ਼ੀ RSS ਜ਼ੋਰ ਲਾ ਲੇ, ਜਿੰਨਾ ਮਰਜ਼ੀ ਹੋਰ ਕੋਈ ਦੂਜਾ ਚੀਜ਼ਾਂ ਜ਼ੋਰ ਲਾ ਲੇ, ਸਿੱਖ ਨਾ ਕਦੇ ਮੁੱਕੇ ਤੇ ਨਾ ਮੁੱਕਣੇ ਆ। ਪਿਛਲੇ ਕੁਛ ਸਮੇਂ ਤੋਂ ਅੰਮ੍ਰਿਤਪਾਲ ਸਿੰਘ ਜਿੱਤ ਚੁੱਕੇ ਨੇ ਪਰ ਸਹੁੰ ਚੁੱਕ ਸਮਾਗਮ ਬਾਕੀ MPਾਂ ਸਾਰਿਆਂ ਦਾ ਹੋ ਚੁੱਕਿਆ। ਪੰਜਾਬ ਦੀ ਜੇਕਰ ਗੱਲ ਕਰਦੇ ਆ, 12 ਦਾ ਹੋ ਚੁੱਕਾ ਤੇ 13ਵੇਂ ਦਾ ਡਿੱਕਾ ਬਣਿਆ ਹੋਇਆ। ਕੋਈ ਵੀ ਲੋਕ ਸਭਾ ਦੇ ਵਿੱਚ ਉਹਨਾਂ ਦਾ ਮੁੱਦਾ ਨਹੀਂ ਚੱਕ ਰਿਹਾ, ਬਾਹਰ ਰੌਲਾ ਪੈ ਰਿਹਾ ਕਿ ਸਭ ਤੋਂ ਵੱਡੀ ਪੰਜਾਬ 'ਚ ਲੀਡ ਲਈ ਹੈ, ਸਾਰੇ ਚੁੱਪ ਨੇ। ਇਹੋ ਹੀ ਉਡੀਕ ਹੈ ਕਿ ਕਦੋਂ ਉਹਨਾਂ ਦਾ ਸਹੁੰ ਚੁੱਕ ਜਿਹੜਾ ਸਮਾਗਮ ਹੋਵੇਗਾ। ਪਰ ਅਸਲ ਦੇ ਵਿੱਚ ਹੋ ਕੀ ਰਿਹਾ ਆਪਾਂ ਗੱਲਬਾਤ ਕਰਾਂਗੇ। ਵੋਟਾਂ ਦੇ ਵਿੱਚ ਵੀ ਬਹੁਤ ਵੱਡੇ ਤੌਰ 'ਤੇ ਸ਼ਮੂਲੀਅਤ ਕੀਤੀ ਹੈ ਬੀਬੀ ਰਜਿੰਦਰ ਕੌਰ ਜੈਤੋਂ ਜੀ, ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਹੋ ਚੜ੍ਹਦੀ ਕਲਾ 'ਚ? ਬਹੁਤ ਕਿਰਪਾ ਦਸ਼ਮੇਸ਼ ਪਿਤਾ ਦੀ। ਵੋਟਾਂ 'ਚ ਵੀ ਜਾਂਦੇ ਆਉਂਦੇ ਰਹੇ ਹੋ ਤੁਸੀਂ, ਪਹਿਲਾਂ ਵੀ ਸਿਆਸਤ ਥੋੜ੍ਹਾ ਬਹੁਤਾ ਪੈਰ ਰੱਖਦੇ ਹੋ, ਪਰ ਅਸਲ ਦੇ ਵਿੱਚ ਹੋ ਕੀ ਰਿਹਾ ਜਦੋਂ ਇਹਨਾਂ ਨੂੰ ਦੇਖਦੇ ਅੰਮ੍ਰਿਤਪਾਲ ਸਿੰਘ ਜੇਲ੍ਹ 'ਚ ਬੈਠੇ ਹੋਏ ਨੇ ਤੇ ਲੋਕ ਇਹ ਉਡੀਕ ਰਹੇ ਕਦੋਂ ਸਹੁੰ ਚੁੱਕ ਸਮਾਗਮ ਹੋਵੇ, ਪੰਜਾਬ ਦੀ ਸਿਆਸਤ ਬਦਲੇ, ਪੰਜਾਬ ਦੇ ਵਿੱਚ ਨਵੇਂ ਸਿਆਸਤਦਾਨਾਂ ਦੀ ਲੋੜ ਹੈਗੀ ਹੈ। ਜਗਮੀਤ ਜੀ, ਜਿਹੜਾ ਇਹ ਕੁਛ ਵਰਤਾਰਾ ਹੋ ਰਿਹਾ, ਹਾਂ, ਇਹ ਕੋਈ ਨਵਾਂ ਨਹੀਂ। ਜਦੋਂ ਥੋੜੇ ਜਿਹੇ ਪਿੱਛੇ ਚੱਲਾਂਗੇ, ਸ਼ਾਹ ਮੁਹੰਮਦ ਜੀ ਦਾ ਜੰਗਨਾਮਾ, ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਪੰਜਾਬ ਅੱਡ ਸੀ, ਹਿੰਦੁਸਤਾਨ ਅੱਡ ਸੀ। ਅਸੀਂ ਗੁਲਾਮ ਹੋਏ ਹਾਂ ਹਿੰਦੁਸਤਾਨ ਨਾਲ 100 ਸਾਲ ਬਾਅਦ ਜੀ। ਹਿੰਦੁਸਤਾਨ 1749 'ਚ ਗੁਲਾਮ ਹੋਇਆ ਔਰ ਪੰਜਾਬ ਗੁਲਾਮ ਹੋਇਆ 1839 'ਚ, ਉਹ ਵੀ ਡੋਗਰਿਆਂ ਨੇ ਜੋ ਸਿੱਖ ਕੌਮ ਨਾਲ ਧਰੋ ਕਮਾਇਆ, ਗਦਾਰੀ ਕੀਤੀ ਤਾਂ। ਔਰ ਜਿਹੜੀ ਦੇਸ਼ ਦੀ ਆਜ਼ਾਦੀ ਦੀ ਲੜਾਈ ਦੀ ਜੰਗ ਸੀ, ਅਸੀਂ ਰਲ ਕੇ ਲੜੀ। ਜਦੋਂ ਦੇਸ਼ ਆਜ਼ਾਦ ਹੋ ਗਿਆ, ਅੰਗਰੇਜ਼ ਜਾਣ ਲੱਗੇ, ਜਿਨ੍ਹਾਂ ਸਾਹਿਬ ਨੂੰ ਦੇਤਾ ਪਾਕਿਸਤਾਨ, ਨਹਿਰੂ ਸਾਹਿਬ ਨੂੰ ਦੇਤਾ ਹਿੰਦੁਸਤਾਨ, ਸਿੱਖਾਂ ਨੂੰ ਸਾਡਾ ਸਿੱਖ ਸਥਾਨ ਦੇ ਰਹੇ ਸੀ, ਤਾਂ ਮਾਸਟਰ ਤਾਰਾ ਸਿੰਘ ਇਹਨਾਂ ਦੇ ਭੇਚਲੇ 'ਚ ਆ ਗਏ ਅਤੇ ਕਹਿੰਦੇ ਸੀ ਇਹਨਾਂ ਦੇ ਨਾਲ ਹੀ ਫਿਰਦੇ ਰਹਾਂਗੇ। ਉਹ ਭੇਚਲੇ ਦਾ ਅਸੀਂ ਅੱਜ ਖਮਿਆਜਾ ਭੁਗਤ ਰਹੇ ਹਾਂ। ਜਸਟ ਬਾਅਦ ਹੀ ਵੱਲਭ ਭਾਈ ਪਟੇਲ ਨੇ DC ਨੂੰ ਸਰਕੂਲੇਸ਼ਨ ਜਾਰੀ ਕਰਕੇ ਕਹਿਤਾ ਸੀ ਆਜ਼ਾਦੀ ਤੋਂ ਜਸਟ ਬਾਅਦ ਕਿ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਹੈ।
ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਅਸੀਂ। ਜੇ 100 ਬੰਦਾ ਕਾਲੇ ਪਾਣੀ ਗਿਆ ਵਿੱਚੋਂ 84 ਪੰਜਾਬੀ ਜਾਂ ਸਿੱਖ, ਜੇ 100 ਬੰਦੇ ਨੂੰ ਫਾਂਸੀ ਦੀ ਸਜ਼ਾ ਹੋਈ ਹੈ ਵਿੱਚੋਂ 84 ਪੰਜਾਬੀ ਜਾਂ ਸਿੱਖ, ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਅਸੀਂ। ਪਰ ਸਾਡੇ ਨਾਲ ਮਤਰੇਈ ਮਾਂ ਦਾ ਸਲੂਕ ਹੁੰਦਾ, ਇਹ ਵਰਤਾਰਾ ਕੋਈ ਨਵਾਂ ਨਹੀਂ। 1947 'ਚ ਜਸਟ ਬਾਅਦ ਹੀ ਵੱਲਭ ਭਾਈ ਪਟੇਲ ਨੇ DCA ਨੂੰ ਸਰਕੂਲੇਸ਼ਨ ਜਾਰੀ ਕਰਤੇ ਸੀ, ਔਰ 1955 ਵਿੱਚ ਅੱਜ ਆਪਾਂ ਨੂੰ ਸਾਰਿਆਂ ਨੂੰ ਜਿਹੜੀ ਨਵੀਂ ਜਨਰੇਸ਼ਨ ਆ, 1984 ਵਾਲਾ ਅਟੈਕ ਤਾਂ ਆਪਾਂ ਨੂੰ ਪਤਾ ਕਿ 1984 'ਚ ਦਰਬਾਰ ਸਾਹਿਬ 'ਤੇ ਅਕਾਲ ਤਖਤ ਸਾਹਿਬ 'ਤੇ ਅਟੈਕ ਹੋਇਆ, 1955 'ਚ ਵੀ ਅਕਾਲ ਤਖਤ ਸਾਹਿਬ 'ਤੇ ਮਤਲਬ ਦਰਬਾਰ ਸਾਹਿਬ 'ਤੇ ਅਟੈਕ ਹੁੰਦਾ। ਇਹ ਅਸੀਂ ਉਹਨਾਂ ਦੇ ਭੇਚਲੇ 'ਚ ਆਏ ਜਾਂ ਅਸੀਂ ਜਿਹੜਾ ਇਹਨਾਂ ਦੇ ਇਤਜਾਹ 'ਚ ਆ ਗਏ, ਆਪਦਾ ਸਿੱਖ ਸਟੇਟ ਨਹੀਂ ਲਿਆ। ਸਾਡੀ ਸਿੱਖ ਸਟੇਟ ਸੀ, ਅਸੀਂ 60 ਸਾਲ ਰਾਜ ਕੀਤਾ, ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਲੇਹ ਲਦਾਖ, ਕਾਬਲ ਕੰਧਾਰ, ਅਫਗਾਨਿਸਤਾਨ ਤੱਕ ਸਾਡੀਆਂ ਸਿੱਖ ਰਾਜ ਦੀਆਂ ਜੜ੍ਹਾਂ ਸੀ। ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਰਾਜ ਕੀਤਾ, ਸਾਡਾ ਸਿੱਖ ਰਾਜ ਸੀ। ਅਸੀਂ ਇਹਨਾਂ ਦੇ ਭੇਚਲੇ 'ਚ ਆ ਗਏ, ਅਸੀਂ ਇਹਨਾਂ ਦੇ ਭੇਚਲੇ 'ਚ ਆਏ ਦਾ ਅੱਜ ਅਸੀਂ ਖਮਿਆਜ਼ਾ ਭੁਗਤ ਰਹੇ ਹਾਂ। ਅੱਜ ਸਾਡੇ ਸਿੱਖ ਨੌਜਵਾਨ 36-36 ਸਾਲਾਂ ਤੋਂ 32-32 ਸਾਲਾਂ 'ਚੋਂ ਜੇਲ੍ਹਾਂ 'ਚ ਹੈ। ਇੱਥੋਂ ਤੱਕ ਕਿ ਤੁਸੀਂ ਪੜ੍ਹੇ ਲਿਖੇ ਨੌਜਵਾਨ ਹੋ, ਪੱਤਰਕਾਰ ਹੋ, ਸਰਦਨ ਫੀਲਡ 'ਚ ਵਿਚਰਦੇ ਹੋ, ਸਾਡੇ ਸਿੱਖ ਨੌਜਵਾਨ ਕਿਤਾਬਾਂ ਰੱਖਣ ਦੇ ਦੋਸ਼ 'ਚ ਵੀ ਜੇਲ੍ਹਾਂ 'ਚ ਹੈ। ਸਾਡਾ ਇੱਕ ਨੌਜਵਾਨ ਮੁੰਡਾ ਸੀ ਨਵਦੀਪ, ਵਾਟਰ ਕੈਨਨ ਵਾਲਾ, ਕਿਸਾਨੀ ਮੋਰਚੇ 'ਚ ਉਸ ਬੱਚੇ ਨੇ ਬਹੁਤ ਭੂਮਿਕਾ ਨਿਭਾਈ, ਪਰ ਸਿੱਖ ਹੋਣ ਕਰਕੇ ਉਹ ਸਰਕਾਰਾਂ ਦੇ ਟਾਰਗੇਟ ਸੀ। ਅੱਜ ਉਸ ਬੱਚੇ 'ਤੇ ਅਣਮਨੁੱਖੀ ਤਸ਼ੱਦਦ ਹੋ ਰਿਹਾ, ਬਹੁਤ ਚਿਰ ਉਹਨੂੰ ਰਿਮਾਂਡ 'ਤੇ ਰੱਖ ਕੇ ਥਰਡ ਡਿਗਰੀ ਉੱਤੇ ਟੋਰਚਰ ਕੀਤਾ। ਅਸੀਂ ਅੱਜ ਦਾ ਨਹੀਂ ਭੁਗਤ ਰਹੇ, ਜਦੋਂ ਦਾ ਆਜ਼ਾਦ ਹੋਇਆ ਦੇਸ਼ ਉਦੋਂ ਦੇ ਹੀ ਅਸੀਂ ਖਮਿਆਜ਼ਾ ਹੀ ਭੁਗਤ ਰਹੇ ਹਾਂ ਇਹਨਾਂ 'ਤੇ ਇਤਜ਼ਾਹ ਦਾ। ਜਦੋਂ ਸਟੇਟ ਬਣੇ ਭਾਸ਼ਾ ਦੇ ਆਧਾਰ 'ਤੇ, ਕਿਸੇ ਵੀ ਸਟੇਟ ਨੂੰ ਕੋਈ ਸਟਰਗਲ ਨਹੀਂ ਕਰਨਾ ਪਿਆ, ਇਕੱਲੇ ਪੰਜਾਬ ਨੂੰ ਪੰਜਾਬੀ ਸੂਬਾ ਲੈਣ ਵਾਸਤੇ ਸਾਨੂੰ ਸਟਰਗਲ ਕਰਨਾ ਪਿਆ, ਜੇਲ੍ਹਾਂ ਭਰੀਆਂ, ਬਹੁਤ ਤਸ਼ੱਦਦ ਹੋਏ। ਖੁਦ ਮੇਰੇ ਪਿਤਾ ਜੀ ਪੰਜਾਬੀ ਸੂਬੇ 'ਚ ਬਹੁਤ ਅਹਿਮ ਭੂਮਿਕਾ ਨਿਭਾਈ, ਉਹਨਾਂ ਨੇ 9 ਮਹੀਨੇ ਅੰਬਾਲਾ ਜੇਲ੍ਹ 'ਚ ਰਹੇ, ਸਾਡਾ ਘਰ ਕਰਤਾ ਸੀ ਪੁਲਿਸ ਨੇ, ਕੁਰਕ ਸਰਕਾਰੀ ਜਿੰਦਰਾ ਲੱਗ ਗਿਆ ਸੀ। ਔਰ ਉਦੋਂ ਕੋਈ ਐਡੇ ਸਾਧਨ ਨਹੀਂ ਸੀ ਹੁੰਦੇ, ਮੇਰੇ ਪਿਤਾ ਜੀ ਜੈਤੋ ਤੋਂ ਸਾਈਕਲ 'ਤੇ ਜਾਂਦੇ ਸੀ ਜਲੰਧਰ, ਹੱਥ ਨਾਲ ਲਿਖ ਕੇ ਪੈਂਫਟ ਰੇਲ ਗੱਡੀ 'ਤੇ ਚਿਪਕਾ ਕੇ ਆਉਂਦੇ ਸੀ, ਹੱਥ ਕੜੀਆਂ, ਸਾਡਾ ਗਹਿਣਾ ਪੰਜਾਬੀ ਸੂਬਾ ਲੈਣਾ। ਦੂਜੀਆਂ ਸਟੇਟਾਂ ਨੂੰ ਭਾਸ਼ਾ ਦੇ ਆਧਾਰ 'ਤੇ ਸੂਬੇ ਮਿਲੇ, ਪਰ ਪੰਜਾਬ ਨਾਲ ਮਤਰੇਈ ਮਾਂ ਦਾ ਸਲੂਕ। ਰਾਇਪੇਰੀਅਨ ਲਾ ਆਲ ਵਰਲਡ ਦਾ, ਸਾਰੇ ਸੰਸਾਰ ਦਾ, ਕਿ ਜਿੱਥੋਂ ਕੋਈ ਦਰਿਆ ਵਗਦਾ, ਜਿੱਥੇ ਕੋਈ ਨਦੀ ਵਗਦੀ ਹੈ, ਜਿੱਥੇ ਉਹ ਮਾਰ ਕਰਦੀ ਹੈ, ਉਹਦੇ ਸਰੋਤਾਂ 'ਤੇ ਉੱਥੋਂ ਦੇ ਲੋਕਾਂ ਦਾ ਹੱਕ ਹੈ। ਇਕੱਲੇ ਪੰਜਾਬ ਨਾਲ ਮਤਰੇਈ ਮਾਂ ਦਾ ਸਲੂਕ, ਸਾਡਾ ਪਾਣੀ ਧੱਕੇ ਨਾਲ ਲੁੱਟ ਕੇ ਧੱਕੇ ਨਾਲ ਪੰਜਾਬ ਨੂੰ ਅਤੇ ਸੋਰੀ ਹਰਿਆਣੇ ਨੂੰ ਅਤੇ ਰਾਜਸਥਾਨ ਨੂੰ ਦਿੱਤਾ ਜਾ ਰਿਹਾ। ਅਸੀਂ ਅਰਬਾਂ ਰੁਪਇਆ ਉਹਨਾਂ ਤੋਂ ਲੈਣਾ ਪਾਣੀ ਦਾ, ਪਰ ਕੋਈ ਨਹੀਂ ਲੈ ਕੇ ਦੇਊਗਾ। ਅਸੀਂ ਧਰਤੀ ਹੇਠਲਾ ਪਾਣੀ ਪੀਣ ਲਈ ਮਜਬੂਰ ਹਾਂ, ਜਿਹਦੇ ਵਿੱਚ ਕੈਂਸਰ ਦੇ ਤੱਤ ਹੈ। ਸਾਡੇ ਨਾਲ ਇੱਕ ਥਾਂ 'ਤੇ ਧੱਕਾ ਨਹੀਂ ਹੋਇਆ, ਇਹ ਅੰਮ੍ਰਿਤਪਾਲ ਵੀਰ ਨਾਲ ਜਿਹੜਾ ਧੱਕਾ ਹੋਇਆ, ਧੱਕੇਸ਼ਾਹੀਆਂ ਦੀ ਲਿਸਟ ਬੜੀ ਲੰਬੀ ਹੈ, ਬੜੀ ਲੰਬੀ ਬੜੀ ਲੰਬੀ ਲਿਸਟ ਹੈ। ਸਾਡੇ ਤਾਂ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਿਆ, ਝੂਠੇ ਪੁਲਿਸ ਮੁਕਾਬਲਿਆਂ 'ਚ ਛੋਟੀ ਛੋਟੀ ਉਮਰ ਦੇ ਨੌਜਵਾਨ ਬੱਚੇ। ਔਰ ਜੇ ਉਹਨਾਂ ਸਾਰਿਆਂ ਦੀ ਪੈਰਵਾਈ ਕੀਤੀ, 25,000 ਲਾਸ਼ਾਂ ਦਾ ਹਿਸਾਬ ਖਾਲੜਾ ਸਾਹਿਬ ਨੇ ਕੱਢ ਲਿਆ ਸੀ, ਅਤੇ ਖਾਲੜਾ ਸਾਹਿਬ ਨੂੰ ਮਾਰ ਕੇ ਉਹਨਾਂ ਨੇ ਕਿਹਾ ਸੀ 25,000 ਇੱਕ ਦਾ ਹਿਸਾਬ ਦੇ ਦਿਆਂਗੇ। ਇਹ ਸਾਡੇ ਨਾਲ ਜਿਹੜਾ ਕੁਛ ਵਰਤਾਰਾ ਹੋ ਰਿਹਾ, ਜਾਂ ਸਾਡੇ ਨਾਲ ਮਤਰੇਈ ਮਾਂ ਦਾ ਸਲੂਕ ਹੋ ਰਿਹਾ, ਜਾਂ ਸਿੱਖ ਕੌਮ ਨਾਲ ਜੋ ਕੁਛ ਹੋ ਰਿਹਾ, ਇਹ ਕੋਈ ਨਵਾਂ ਨਹੀਂ। ਇਹ ਜਦੋਂ ਤੋਂ ਅਸੀਂ ਇਹਨਾਂ ਦੇ ਇਤਜਾਜ ਚ ਆਏ ਹਾਂ, ਇਹਨਾਂ ਦੇ ਭੇਚਲੇ 'ਚ ਆਏ ਹਾਂ, ਉਦੋਂ ਤੋਂ ਹੀ ਹੋ ਰਿਹਾ। ਅੱਜ ਭਾਈ ਅੰਮ੍ਰਿਤਪਾਲ ਸਿੰਘ ਨੂੰ 4 ਲੱਖ ਲੋਕਾਂ ਨੇ, ਤਕਰੀਬਨ 4.5 ਲੱਖ ਲੋਕਾਂ ਨੇ ਜਿਤਾਇਆ, ਉਹਨਾਂ ਦੀ ਆਵਾਜ਼ ਦੁੱਬੀ ਜਾ ਰਹੀ ਹੈ। ਆਲ ਵਰਲਡ 'ਚ ਇਹ ਕਹਿੰਦੇ ਵੀ ਸਭ ਤੋਂ ਵੱਡਾ ਲੋਕਤੰਤਰ ਇੰਡੀਆ, ਕਿੱਥੇ ਲੋਕਤੰਤਰ? ਸਾਰੇ ਇੰਡੀਆ 'ਚ 543 ਲੋਕ ਸਭਾ ਮੈਂਬਰ ਹੈ,
543 'ਚ ਇੱਕ ਚੁਣਿੰਦਾ ਬੰਦਾ ਹੋਵੇ ਉਹਨੂੰ ਤੁਸੀਂ ਝੂਠੀ NSA ਲਾ ਕੇ ਡਿਬਰੂਗੜ੍ਹ ਜੇਲ੍ਹ 'ਚ ਰੱਖਿਆ ਹੋਇਆ। ਸਰਕਾਰ ਇੱਕ ਸਾਡੀ ਜੈਨੋਸਾਈਡ ਕਰ ਰਹੀ ਹੈ। ਉਹ ਪੰਜਾਬ ਵਿੱਚ ਨਸ਼ਿਆਂ ਦਾ ਬੋਲਬਾਲ ਹੈ। ਕੱਲ੍ਹ ਮੈਂ ਲੱਖੇ ਸਿਧਾਣੇ ਦੀ ਇੱਕ ਇੰਟਰਵਿਊ ਸੁਣ ਰਹੀ ਸੀ, ਸ਼ਾਇਦ ਤੁਸੀਂ ਲਈ ਸੀ। ਉਹ ਕਹਿ ਰਹੇ ਸੀ ਕਿ 13 ਦਿਨਾਂ ਦੇ ਵਿੱਚ 27 ਨੌਜਵਾਨ ਮੁੰਡੇ ਮਰੇ ਆ ਚਿੱਟੇ ਨਾਲ। ਅਤੇ ਇਹ ਸਰਕਾਰਾਂ ਚਾਹੁੰਦੀਆਂ ਚਾਹੇ ਤਾਂ ਪੰਜਾਬ ਦੇ ਲੋਕ ਪ੍ਰਵਾਸ ਕਰ ਜਾਣ, ਚਾਹੇ ਨਸ਼ਾ ਖਾ ਕੇ ਮਰ ਜਾਣ, ਪਰ ਇਹਨਾਂ ਨੂੰ ਨਸ਼ਾ ਕੋਈ ਨਾ ਬੰਦ ਕਰਾਵੇ। ਭਾਈ ਅੰਮ੍ਰਿਤਪਾਲ ਸਿੰਘ ਨੌਜਵਾਨਾਂ ਨੂੰ ਨਸ਼ਾ ਛਡਾ ਰਿਹਾ ਸੀ, ਉਹਨਾਂ ਨੂੰ ਅੰਮ੍ਰਿਤ ਛਕਾ ਰਿਹਾ ਸੀ, ਅੰਮ੍ਰਿਤ ਦੀ ਲਹਿਰ ਪ੍ਰਚੰਡ ਕਰਾ ਰਿਹਾ ਸੀ, ਸਾਨੂੰ ਸਾਡੀ ਸਿੱਖੀ ਰੋਹ ਰੀਤਾਂ ਨਾਲ ਜੋੜ ਰਿਹਾ ਸੀ। ਮੈਂ ਇੱਕ ਬੱਚੇ ਦੀ ਇੰਟਰਵਿਊ ਦੇਖੀ, ਉਹ ਕਹਿੰਦਾ ਮੈਂ ਗਰੀਬ ਘਰ ਦਾ ਬੱਚਾ, ਮੈਨੂੰ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਜਿਹੜੀ ਮਤਲਬ ਸਾਰੀ ਬਣੀ ਹੋਈ ਹੈ ਸੁਸਾਇਟੀ ਜਾਂ ਇਹਨਾਂ ਦੀ ਜੋ ਵੀ ਸੰਸਥਾ ਬਣੀ ਹੈ, ਮੈਨੂੰ ਚਾਹ ਵਿੱਚ ਦੇਸੀ ਘਿਓ ਪਾ ਕੇ ਦਿੱਤਾ ਜਾ ਰਿਹਾ, ਮੇਰੀਆਂ ਲੱਤਾਂ ਕੁੱਟੀਆਂ ਜਾ ਰਹੀਆਂ ਕਿ ਮੈਨੂੰ ਤੋੜ ਨਾ ਲੱਗੇ। ਸਰਕਾਰਾਂ ਕਦੇ ਨਹੀਂ ਚਾਹੁਣਗੀਆਂ ਕਿ ਪੰਜਾਬ ਦੇ ਲੋਕ ਮਤਲਬ ਨੌਜਵਾਨ ਵਧੀਆ ਜੀਵਨ ਬਤੀਤ ਕਰਨ। ਉਹ ਤਾਂ ਚਾਹੁੰਦੇ ਚਾਹੇ ਪ੍ਰਵਾਸ ਕਰਨ, ਇੱਕ ਕਿੱਲਾ ਵੇਚਣ ਅਤੇ ਬਾਹਰਲੇ ਮੁਲਕਾਂ ਚਲੇ ਜਾਣ, ਚਾਹੇ ਨਸ਼ਿਆਂ ਨਾਲ ਮਰ ਜਾਣ। ਸਾਡੇ ਲਈ ਕੋਈ ਪਾਲਿਸੀ ਨਹੀਂ, ਕੋਈ ਸਾਡੇ ਨਾਲ ਵਧੀਆ ਬਿਹੇਵ ਨਹੀਂ। ਸਾਡੇ ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਹੈ। ਤੁਸੀਂ ਪੜ੍ਹੇ ਲਿਖੇ ਹੋ, ਹੋਰ ਕਿਸੇ ਧਾਰਮਿਕ ਗ੍ਰੰਥ ਦੀ, ਸਾਰੇ ਧਾਰਮ ਬਹੁਤ ਸਤਿਕਾਰਯੋਗ ਹੈ ਕਿ ਜਿਹੜਾ ਸਿੱਖ ਬੰਦਾ ਨਾ ਤਾਂ ਸਭ ਦਾ ਸਤਿਕਾਰ ਕਰਦਾ। ਸਾਡੇ ਗੁਰੂਆਂ ਨੇ ਸਾਨੂੰ ਇਹ ਸਿਖਾਇਆ। ਮਤਲਬ ਅੰਮ੍ਰਿਤਪਾਲ ਨੂੰ ਬਾਹਰ ਨਹੀਂ ਆਉਂਦੇ ਨੇ? ਨਾ ਆਉਣ ਦੇਣ ਦਾ ਤਾਂ ਇਹਨਾਂ ਦੇ ਹੱਥ 'ਚ ਹੈ ਨਹੀਂ, ਕਿਉਂਕਿ ਇੱਕ ਲੋਕ ਸਭਾ ਦਾ ਮੈਂਬਰ ਹੁੰਦਾ ਨਾ, ਉਹਨੂੰ ਸਹੁੰ ਚੁਕਾਉਣੀ ਹੀ ਪੈਂਦੀ ਹੈ। ਸਹੁੰ ਚੁਕਾ ਕੇ ਫਿਰ ਵੀ ਜੇਲ੍ਹ 'ਚ ਰੱਖ? ਹਾਂ, ਕਰ ਸਕਦੇ, ਕਰ ਸਕਦੇ। ਤੇ ਫਿਰ ਜੇ ਬਾਹਰ ਨਾ ਆਉਂਦੇ ਤਾਂ ਪੰਜਾਬ ਦੇ ਲੋਕ ਜਿਹੜੇ ਉਡੀਕ ਰਹੇ ਨੇ ਕਿ ਨਵੀਂ ਪਾਰਟੀ ਦੀ ਗੱਲ ਚੱਲ ਰਹੀ, ਬਹੁਤ ਕੁਝ ਚੱਲ ਰਿਹਾ, ਪਤਾ ਲੱਗ ਜੂ ਪੰਜਾਬ ਦੇ ਲੋਕਾਂ ਨੂੰ। ਜਿਹੜੀ ਪਾਰਟੀ ਰਾਜ ਕਰ ਰਹੀ ਹੈ ਮੁਤਸਵੀ ਪਾਰਟੀ ਹੈ, ਭਾਰਤੀ ਜਨਤਾ ਪਾਰਟੀ, ਮੁਤਸਵੀ ਸੋਚ ਹੈ। ਪਰ ਕਹਿੰਦੇ ਕਿ ਸੈਂਟਰ ਇਹ ਲਿਖ ਕੇ ਦਿੰਦਾ ਜਾਂਦਾ ਤਾਂ ਮੁਤਸਵੀ ਸੋਚ ਹੈ ਉਹਨਾਂ ਦੀ, ਮੇਰੀ ਬੇਨਤੀ ਸਮਝੋ। ਉਹ ਮਤਲਬ ਕਦੇ ਵੀ ਪੰਜਾਬ ਨੂੰ ਪ੍ਰੋਸਪਰ ਹੋਇਆ ਨਹੀਂ ਵੇਖਣਾ ਚਾਹੁੰਦੇ। ਮੈਂ ਇਹਨਾਂ ਦੀ ਭਾਰਤੀ ਜਨਤਾ ਪਾਰਟੀ ਦੇ ਅਡਵਾਨੀ ਸਾਹਿਬ ਦੀ ਗੱਲ ਕਰੂੰਗੀ। ਉਹਨਾਂ ਨੇ ਆਪਦੀ ਇੱਕ ਪੁਸਤਕ ਲਿਖੀ ਹੈ ਮਾਈ ਕੰਟਰੀ ਮਾਈ ਲਾਈਫ, ਉਹਦੇ ਵਿੱਚੋਂ ਕਹਿੰਦੇ ਕਿ ਅਸੀਂ ਇੰਦਰਾ ਗਾਂਧੀ ਨੂੰ ਪ੍ਰੇਰਣਾ ਦੇ ਰਹੇ ਸੀ ਕਿ ਜਿਹੜਾ ਅਟੈਕ 1984 ਜੂਨ ਮਹੀਨੇ ਕੀਤਾ, 6 ਮਹੀਨੇ ਪਹਿਲਾਂ ਕਰਦੀ। ਉਹਨਾਂ ਨੇ ਸੰਸਦ ਵਿੱਚ ਲੋਕ ਸਭਾ 'ਚ ਖੜ ਕੇ ਕਿਹਾ, ਇੰਦਰਾ ਤੂੰ ਸਾਡੀ ਦੁਰਗਾ, ਤੂੰ ਸਾਡੀ ਭਵਾਨੀ ਹੈ, ਜਿਹੜਾ ਕੰਮ ਤੂੰ ਅੱਜ ਕੀਤਾ 6 ਮਹੀਨੇ ਪਹਿਲਾਂ ਕਰਨਾ ਚਾਹੀਦਾ ਸੀ। ਇਸ ਪਾਰਟੀ ਤੋਂ ਕੀ ਉਮੀਦ ਰੱਖ ਸਕਦੇ ਹੋ? ਇਹਨਾਂ ਦੇ ਰਾਜ ਵਿੱਚ ਉਹਨਾਂ ਮਣੀਪੁਰ 'ਚ ਵੇਖਿਆ ਆਪਾਂ, ਧੀਆਂ ਭੈਣਾਂ ਨੂੰ ਨੰਗਾ ਭਜਾਇਆ ਗਿਆ, ਮੁਸਲਮਾਨਾਂ ਦੇ ਬੱਚਿਆਂ ਨੂੰ ਕੋ ਕੋ ਕੇ ਮਾਰਿਆ ਜਾਂਦਾ ਕਿ ਇਹਨਾਂ ਦੀ ਹਾਂਡੀ ਵਿੱਚ ਗਊ ਮਾਸ ਰਿਝ ਰਿਹਾ, ਜਦਕਿ ਸਾਰੀਆਂ ਗਊ ਦੀਆਂ ਬੀਫ ਦੇ ਮਾਸ ਦੀਆਂ ਫੈਕਟਰੀਆਂ ਹੈ ਹੀ ਸਾਰੀਆਂ ਇਹਨਾਂ ਦੀਆਂ, ਭਾਰਤੀ ਜਨਤਾ ਪਾਰਟੀ ਵਾਲਿਆਂ ਦੀਆਂ। ਮੇਰੇ ਕਹਿਣ ਦਾ ਮਤਲਬ ਇਹਨਾਂ ਦੀ ਸੋਚ ਮੁਤਸਵੀ ਹੈ। ਜਦੋਂ ਚਰਨਜੀਤ ਚੰਨੀ ਵਰਗਾ ਬੜਕ ਮਾਰਦਾ ਕਿ ਮੈਂ ਪੰਜਾਬ ਦੇ ਕਿਸਾਨਾਂ ਤੇ ਕਿਉਂ ਪਰਚਾ ਕੱਟਾਂ, ਜੇ ਉਹ ਇਹ ਚੀਜ਼ ਨੂੰ ਰੋਕ ਸਕਦਾ ਜਦੋਂ ਪ੍ਰਧਾਨ ਮੰਤਰੀ ਪੰਜਾਬ 'ਚ ਆਉਂਦਾ, ਤੇ ਕੀ ਪੰਜਾਬ ਦੇ ਮੁੱਖ ਮੰਤਰੀ ਹੋਣ ਵਾਲੀ ਜ਼ਰੂਰਤ ਨਹੀਂ ਹੈ ਕਿ ਉਹ ਕਵੇ ਮੈਂ ਪੰਜਾਬ ਦੇ ਮੁੰਡਿਆਂ ਨੂੰ ਬਾਅਦ ਦੀ ਜੇਲ੍ਹ 'ਚ ਕਿਉਂ ਰੱਖਾਂ, ਜੇ ਦੋਸ਼ ਹੈ ਤੇ ਪੰਜਾਬ ਦੀ ਜੇਲ੍ਹ 'ਚ ਰਹਿਣਗੇ? ਜੇ ਭਗਵੰਤ ਮਾਨ 'ਚ ਜ਼ਰੂਰਤ ਹੁੰਦੀ ਨਾ ਤੇ ਸਾਡੇ ਬੱਚੇ ਸ਼ੁਭ ਕਰਨ ਨੂੰ ਪੰਜਾਬ ਵਾਲੇ ਪਾਸੇ ਆ ਕੇ ਨਾ ਮਾਰ ਕੇ ਜਾਂਦੇ। ਪੰਜਾਬ ਵਾਲੇ ਪਾਸੇ ਆ ਕੇ ਮਾਰ ਕੇ ਗਏ ਆ ਉਹ, ਸਾਡੇ ਕਿਸਾਨਾਂ ਦੇ ਟਰੈਕਟਰ ਭੰਨ ਕੇ ਗਏ, ਉਹਨਾਂ ਦੇ ਕੂਲਰ ਭੰਨ ਕੇ ਗਏ, ਪੰਜਾਬ ਵਾਲੇ ਪਾਸੇ ਆ ਕੇ ਮਾਰ ਕੇ ਗਏ ਆ। ਸ਼ੁਭ ਕਰਨ ਕਿਸਾਨਾਂ ਦਾ ਬੱਚਾ ਇਕਲੌਤਾ, ਉਹਦੀ ਮਾਤਾ ਹੈ ਨਹੀਂ ਸੀ, ਉਹਦੀ ਬੁੱਢੀ ਦਾਦੀ ਦਾ ਸਹਾਰਾ, ਉਹਦਾ ਪਿਓ ਭੋਲਾ ਹੈ। ਛੋਟੀ ਭੈਣ ਦੀ ਮੈਂ ਇੰਟਰਵਿਊ ਕੀ, ਪਿਓ ਬਿਲਕੁਲ ਭੋਲਾ ਭਾਲਾ ਵਿਚਾਰਾ, ਇੱਕ ਸਕੂਲ ਬੱਸ ਵਿੱਚ ਦੇਖੇ ਉਹਨਾਂ ਦੇ, ਹਾਂ ਕੰਡਕਟਰ ਹੈ ਸ਼ਾਇਦ, ਕੋਈ 2-3 ਹਜ਼ਾਰ ਤਨਖਾਹ ਲੈਂਦਾ। ਉਹ ਬੱਚੇ ਨੂੰ ਪੰਜਾਬ ਵਾਲੇ ਪਾਸੇ ਆ ਕੇ ਮਾਰ ਕੇ ਗਏ ਹੈ। ਤੇ ਜਦਕਿ ਜੇ ਭਗਵੰਤ ਮਾਨ 'ਚ ਜਾਨ ਹੁੰਦੀ ਤਾਂ ਉਹਨਾਂ ਦਾ ਜਿਹੜਾ ਗ੍ਰਹਿ ਮੰਤਰੀ ਸੀ ਖੱਟੜ, ਉਹਦੇ 'ਤੇ 302 ਦਾ ਪਰਚਾ ਪੈਣਾ ਸੀ। ਭਗਵੰਤ ਮਾਨ ਸਾਹਿਬ 'ਚ ਕੋਈ ਜਾਨ ਹੈ ਨਹੀਂ, ਇਹਨੇ ਤਾਂ ਸਗੋਂ ਅਮਿਤ ਸ਼ਾਹ ਨਾਲ ਜਾ ਕੇ ਮੀਟਿੰਗਾਂ ਕੀਤੀਆਂ, ਉਹ ਤਾਂ ਕੰਪਨੀਆਂ ਮੰਗੀਆਂ। ਤੁਸੀਂ ਆਪ ਦੱਸੋ ਵੀ ਕੀ ਇੰਨਾ ਚਿਰ ਇੱਥੇ ਅੰਮ੍ਰਿਤ ਛਕਾਇਆ, ਹਜ਼ਾਰਾਂ ਬੱਚਿਆਂ ਨੇ ਅੰਮ੍ਰਿਤ ਛਕਿਆ, ਅਤੇ ਕੀ ਇੱਥੇ ਹੋ ਕੀ ਗਿਆ ਸੀ? ਮੈਨੂੰ ਤਾਂ ਲੱਗਦਾ ਹੀ ਨਹੀਂ। ਹਿੰਦੂ ਭਰਾ ਵੀ ਉਹਨਾਂ 'ਤੇ ਫੁੱਲਾਂ ਦੀ ਵਰਖਾ ਕਰ ਰਹੇ ਸੀ, ਔਰ ਲੋਕ ਖੁਸ਼ ਸੀ ਕਿ ਸਾਡੇ ਬੱਚੇ ਅਨੰਦਪੁਰ ਸਾਹਿਬ ਵੱਲ ਮੁੜ ਰਹੇ ਹੈ।
ਸਿੱਖੀ ਵੱਲ ਆ ਰਹੇ ਹੈ, ਨਸ਼ਿਆਂ ਤੋਂ ਦੂਰ ਜਾ ਰਹੇ ਹੈ, ਪਰ ਇਹ ਸਰਕਾਰਾਂ ਨਹੀਂ ਚਾਹੁੰਦੀਆਂ। ਜੇ ਭਗਵੰਤ ਮਾਨ ਤੋਂ ਨਹੀਂ ਖੁਸ਼ ਸੀ ਤੇ ਇਸ ਵਾਰ ਫਿਰ ਵੀ ਲੋਕਾਂ ਨੇ ਫਤਵਾ ਦਿੱਤਾ ਸੰਗਰੂਰ ਵਾਲੀ ਸੀਟ ਦੀ ਗੱਲ ਕਰ ਲਈਏ, ਕਿੱਥੇ ਫਤਵਾ ਦਿੱਤਾ? 13 ਤੋਂ 3 ਤੇ ਤਾਂ ਆ ਗਏ, ਕਿੱਥੇ 92 MLA ਸੀ? ਇਹਨਾਂ ਦੇ 75 MLA ਤਾਂ ਹਰ ਗਏ, 75 MLA ਹਰ ਗਏ ਇਹਨਾਂ ਦੇ। ਸੰਗਰੂਰ ਵਾਲੀ ਸੀਟ ਤੇ ਤਾਂ ਸਾਰਾ ਸੈਂਟਰ ਦਾ ਵੀ ਜ਼ੋਰ ਲੱਗਿਆ ਪਿਆ ਸੀ। ਸਰਦਾਰ ਸਿਮਰਨਜੀਤ ਸਿੰਘ ਮਾਨ ਸਿੱਖ ਨੇਤਾ, ਉਹਦੀ ਗੱਲ ਨੂੰ UNO ਤੱਕ ਤੁਲ ਦਿੱਤਾ ਜਾਂਦਾ ਹੈ। ਉਹਨਾਂ ਨੇ ਲੋਕ ਸਭਾ ਵਿੱਚ ਆਪਣਾ ਜ਼ੋਰਦਾਰ ਮਸਲੇ ਉਠਾਏ ਸਿੱਖਾਂ ਨਾਲ ਰਿਲੇਟਡ, ਕਿ ਸਾਡੇ ਸਿੱਖਾਂ ਨੂੰ ਭਾਈ ਖੰਡਾ ਨੂੰ ਲੰਡਨ 'ਚ ਮਾਰਿਆ ਗਿਆ, ਭਾਈ ਨਿੱਜਰ ਨੂੰ ਕੈਨੇਡਾ 'ਚ ਮਾਰਿਆ ਗਿਆ, ਭਾਈ ਦੀਪ ਸਿੱਧੂ ਨੂੰ ਡੀਪ ਸਟੇਟ ਨੇ ਹਰਿਆਣੇ 'ਚ ਮਰਵਾਇਆ, ਔਰ ਮੂਸੇ ਵਾਲੇ ਨੂੰ ਪੰਜਾਬ ਵਿੱਚ ਮਰਵਾਇਆ। ਇਹ ਬੜੇ ਜ਼ੋਰਦਾਰ ਤਰੀਕੇ ਨਾਲ ਪਾਰਲੀਮੈਂਟ 'ਚ ਗੱਲ ਉਠਾਈ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ, ਔਰ ਭਾਈ ਨਿੱਜਰ ਦੇ ਮਾਮਲੇ 'ਚ ਅਤੇ ਕੈਨੇਡਾ ਨੇ ਤਾਂ ਖਿੱਚ ਲਿਆ ਸੀ ਮੋਦੀ ਸਾਹਿਬ ਨੂੰ, ਜਿਨ੍ਹਾਂ ਦੇ ਡੋਵਾਲ ਨੂੰ, ਇਹਨਾਂ 'ਤੇ ਐਕਸ਼ਨ ਵੀ ਹੋਇਆ, ਇਹਨਾਂ ਨੂੰ ਉਹ ਮੁੰਡੇ ਫੜਨੇ ਵੀ ਪਏ। ਮੇਰੇ ਕਹਿਣ ਦਾ ਮਤਲਬ ਵੀ ਇਹਨਾਂ ਨੂੰ ਉਹ ਕਿਉਂ ਚੰਗਾ ਲੱਗੂ ਸਿਮਰਨਜੀਤ ਸਿੰਘ ਮਾਨ, ਜਿਹੜਾ ਇਹਨਾਂ ਦੀ ਹਲਕ 'ਚ ਤੁਸੀਂ ਗੱਲ ਹਲਕ 'ਚ ਹੱਥ ਦਿੱਤਾ ਹੋਇਆ ਸੀ ਇਹਨਾਂ ਦੇ। ਇਹਨਾਂ ਇੱਕ ਮਿੰਟ, ਤੁਹਾਡੀ ਗੱਲ ਵਿੱਚ ਹੀ ਹੈ ਜਗਮੀਤ ਜੀ, ਇਹਨਾਂ ਦਾ ਤਾਂ ਪੂਰਾ ਜ਼ੋਰ ਲੱਗਾ ਹੀ ਸਰਦਾਰ ਸਿਮਰਨਜੀਤ ਸਿੰਘ ਮਾਨ ਨਾ ਜਿੱਤਣ, ਔਰ ਇਸੇ ਜ਼ੋਰ ਤਹਿਤ ਇਹਨਾਂ ਨੇ ਖਹਿਰਾ ਸਾਹਿਬ ਨੂੰ ਇੱਥੇ ਪੱਟ ਕੇ ਲਿਆਂਦਾ, ਨਹੀਂ ਤਾਂ ਖਹਿਰਾ ਸਾਹਿਬ ਦੀ ਕੀ ਤੁੱਕ ਬਣਦੀ ਸੀ? ਖਹਿਰਾ ਸਾਹਿਬ ਜੋ ਪਿਛਲੇ ਸਮੇਂ 'ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸੰਬੰਧ ਵਿੱਚ ਬਗਰਾੜੀ ਮੋਰਚੇ ਲੱਗਦੇ ਰਹੇ ਆ, ਉੱਥੇ ਸਾਡੀਆਂ ਸਟੇਜਾਂ ਸਾਂਝੀਆਂ ਕਰਦੇ ਰਹੇ, ਉਹ ਸਿੱਖ ਚਿਹਰਾ ਬਣ ਗਏ ਸੀ, ਔਰ ਪੱਟ ਕੇ ਲਿਆਂਦਾ ਕਿ ਜੇ ਇਹ ਕੁਛ ਵੋਟਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੀਆਂ ਤੋੜ ਸਕਣ, ਔਰ ਸਫਲ ਹੋਏ ਆ ਉਹ। ਖਹਿਰਾ ਸਾਹਿਬ 'ਤੇ ਕੇਸ ਸੀ ਨਸ਼ੇ ਦਾ, ਉਹ ਕੁਛ ਚਿਰ ਲਈ ਹੋਲਡ ਕੀਤਾ ਗਿਆ। ਮਤਲਬ ਜਿਵੇਂ ਤੁਸੀਂ ਕਿਹਾ ਕਿ ਭਗਵੰਤ ਮਾਨ 'ਚ ਜ਼ਰੂਰਤ ਨਹੀਂ ਹੈ ਵੀ ਕਿ ਉਹ ਇਹ ਕੰਮ ਕਰੇ, ਜੇ ਜ਼ਰੂਰਤ ਹੁੰਦੀ ਤਾਂ ਸ਼ੁਭ ਕਰਨ ਜਾਂ ਹੋਰ ਕਈ ਮਾਮਲਿਆਂ 'ਤੇ ਉਹ ਜ਼ਰੂਰਤ ਦਿਖਾ ਸਕਦਾ ਸੀਗਾ, ਪਰ ਜ਼ਰੂਰਤ ਤਾਂ ਮੈਨੂੰ ਹੋਰਨਾਂ 'ਚ ਵੀ ਨਹੀਂ ਦਿਸਦੀ ਕਿ ਅਕਾਲੀ ਦਲ ਵੀ ਬੜਾ ਚੁੱਪ ਰਿਹਾ ਅੱਜ, ਬਹੁਤ ਉਹਨਾਂ ਨੇ ਰੌਲਾ ਪਾਇਆ ਕਿ ਸਾਡਾ ਪ੍ਰਧਾਨ ਮਾੜਾ ਜਾਂ ਇੱਦਾਂ ਉੱਦਾਂ ਬੋਲੇ, ਤਾਂ ਇਹ ਵੀ ਨਹੀਂ ਉਦੋਂ, ਇਹ ਵੀ ਤਾਂ ਸਾਰੇ ਉਹਨਾਂ ਦੇ ਨਾਲ ਰਲ ਕੇ ਬੈਠੇ ਰਹੇ। ਅਕਾਲੀ ਦਲ ਦੀਆਂ ਤਾਂ ਗੱਲਾਂ ਜਗਮੀਤ ਜੀ ਬਹੁਤ ਦੂਰ ਹੈ ਇਹਨਾਂ ਦੇ ਡੇਰੇ, ਜਿੰਨਾ ਸਿੱਖ ਕੌਮ ਦਾ ਨੁਕਸਾਨ, ਅਸੀਂ ਖੁਦ ਅਕਾਲੀ ਪਿਛੋਕੜ ਹੈ ਮੇਰਾ, ਮੇਰੇ ਪਿਤਾ ਜੀ ਅਕਾਲੀ ਦਲ ਦੇ ਡੈਲੀਗੇਟ ਕਹਿ ਲਓ, ਕੁਛ ਵੀ ਕਹਿ ਲਓ, ਪੂਰੀ ਸਰਗਰਮ ਸਿਆਸਤ ਕੀਤੀ ਉਹਨਾਂ ਨੇ, ਸਰਗਰਮ ਸਿਆਸਤ, ਮਾਸਟਰ ਸੰਤ ਫਤਿਹ ਸਿੰਘ ਨਾਲ, ਮਾਸਟਰ ਤਾਰਾ ਸਿੰਘ ਜੀ ਨਾਲ, ਪ੍ਰਕਾਸ਼ ਸਿੰਘ ਬਾਦਲ ਤਾਂ ਮੇਰੇ ਪਿਤਾ ਜੀ ਦੀ ਉਮਰ ਦਾ ਹੀ ਹੈ, ਖੁੜੀਆ ਸਾਹਿਬ, ਸਾਰਿਆਂ ਨਾਲ ਮੇਰੇ ਪਿਤਾ ਜੀ ਵਿਚਰਦੇ ਰਹੇ ਆ, ਬਹੁਤ ਸਰਗਰਮ ਸਿਆਸਤ 'ਚ ਰਹੇ ਨੇ ਉਹ। ਅਸੀਂ ਇਸ ਪਾਰਟੀ ਨੂੰ ਖੂਨ ਪਸੀਨੇ ਨਾਲ ਸਿੰਜਿਆ ਸੀ, ਪ੍ਰਾਤਨ ਅਕਾਲੀ ਸੀ, ਮੋਢੇ 'ਤੇ ਪਰਨਾ, ਜਦੋਂ ਵੀ ਕਿਤੇ ਜ਼ਬਰ 'ਤੇ ਜ਼ੁਲਮ ਹੋਣਾ ਉੱਥੇ ਖੜ ਜਾਣਾ, ਮੋਰਚੇ ਲਾਉਣੇ, ਅਸੀਂ ਪਿਛਲੇ ਸਮੇਂ 'ਚ ਬੜੇ ਮੋਰਚੇ ਦੇਖੇ ਆ। ਪਰ ਜਿਹੜੇ ਹੁਣ ਦੇ ਅਕਾਲੀ ਹੈ ਨਾ, ਇਹ ਰਜਵਾੜੇ, ਇਹ ਰਜਵਾੜਿਆਂ ਦੀ ਪਾਰਟੀ ਬਣ ਚੁੱਕੀ ਹੈ। ਜਿਹੜੇ ਅੱਜ ਇਹ ਬੀਬੀ ਜਗੀਰ ਕੌਰ ਹੈ, ਚਾਹੇ ਚੰਦੂ ਮਾਜਰਾ ਜੀ ਹੈ, ਚਾਹੇ ਢੀਂਡਸਾ ਸਾਹਿਬ ਹੈ, ਅੱਜ ਇਹਨਾਂ ਨੇ ਬੜਾ ਪਿੱਟ ਸਿਆਪਾ ਪਾਇਆ ਹੋਇਆ ਕਿ ਸੁਖਬੀਰ ਬਾਦਲ ਨੂੰ ਹਟਾਓ, ਇਹਨੇ ਮਤਲਬ ਨੁਕਸਾਨ ਕਰਤਾ, ਅਤੇ ਇਹ ਪਹਿਲਾਂ ਕਿਉਂ ਚੁੱਪ ਰਹੇ? 1 ਜੂਨ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਚੋਰੀ ਹੁੰਦੇ ਆ, ਉਹ ਪਾਪੀਆਂ ਨੇ ਗੁਰਦੁਆਰਾ ਸਾਹਿਬ 'ਚੋਂ ਸਰੂਪ ਚੋਰੀ ਕਰਕੇ ਬਗਰਾੜੀ ਗੁਰਦੁਆਰਾ ਸਾਹਿਬ ਦੇ ਬਾਰ ਮੂਹਰੇ ਥਰੈਟ ਲਿਖ ਕੇ ਲਾਈ, ਪੈਂਫਟ ਚਿਪਕੇ ਤਾ ਕਿ ਤੁਹਾਡਾ ਗੁਰੂ ਸਾਡੇ ਕੋਲ ਕਰ ਲਓ ਕੀ ਕਰਦੇ ਹੋ। ਮੈਂ ਤੁਹਾਡੀ ਭੈਣ ਰਜਿੰਦਰ ਕੌਰ, ਮੇਰੇ ਪਤੀ ਸਰਦਾਰ ਕੁਲਦੀਪ ਸਿੰਘ ਖਾਲਸਾ, ਭਾਈ ਕਾਹਨ ਸਿੰਘ ਵਾਲਾ ਅਤੇ 2 ਸਿੰਘ ਸਾਡੇ ਨਾਲ ਹੋਰ, ਅਸੀਂ DSP ਬਿਸ਼ਨੋਈ ਤੋਂ ਮਿਲਣ ਦਾ ਟਾਈਮ ਮੰਗਿਆ। ਪਹਿਲਾਂ ਤਾਂ ਬਿਸ਼ਨੋਈ ਸਾਹਿਬ ਨੇ ਸਾਨੂੰ 4-5 ਘੰਟੇ ਇੰਤਜ਼ਾਰ ਕਰਾਇਆ, ਸ਼ਾਮ ਨੂੰ ਜਦੋਂ ਸਾਨੂੰ ਮਿਲੇ ਅਸੀਂ ਆਪਣਾ ਮੈਮੋਰੰਡਮ, ਆਪਣਾ ਮੰਗ ਪੱਤਰ ਸੌਂਪਿਆ ਕਿ ਕੋਈ ਕਾਰਵਾਈ ਕਰੋ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਚੋਰੀ ਕੀਤਾ ਸਾਨੂੰ ਸ਼ਰਮ ਥ੍ਰੈਟ ਦੇ ਰਹੇ ਆ, ਗੁਰਦੁਆਰਾ ਸਾਹਿਬ ਦੇ ਬਾਰ ਮੂਹਰੇ ਲਿਖ ਕੇ ਲਾ ਗਏ ਬਗਰਾੜੀ ਗੁਰਦੁਆਰਾ ਸਾਹਿਬ ਬਾਰ ਮੂਹਰੇ ਕਿ ਤੁਹਾਡਾ ਗੁਰੂ ਸਾਹਿਬ ਦੇ ਕੋਲ ਹੈ, ਪਰ ਬਿਸ਼ਨੋਈ ਸਾਹਿਬ ਨੇ ਕੁਛ ਨਹੀਂ ਕੀਤਾ, ਕੁਛ ਨਹੀਂ ਕੀਤਾ। ਅਤੇ ਕੀ ਹੋਇਆ, ਥੋੜ੍ਹੇ ਚਿਰ ਬਾਅਦ ਪਾਪੀਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗ ਗਲੀਆਂ 'ਚ ਖਿਲਾਰਤੇ, ਉਹ ਸਿੱਖਾਂ ਲਈ ਇੱਕ ਮਰਨ ਸੀ। ਹਰ ਸਿੱਖ ਹਿਰਦਾ ਰੋਇਆ, ਚਾਹੇ ਉਹ ਕਿਤੇ ਵੀ ਬੈਠਾ ਸੀ ਦੁਨੀਆਂ 'ਚ,
ਜਿੰਨੇ ਵੀ ਮਾਨਵਤਾ ਨੂੰ ਪਿਆਰ ਕਰਨ ਵਾਲੇ, ਗੁਰੂ ਨਾਨਕ ਨਾਮ ਲੇਵਾ ਚਾਹੇ ਕੋਈ ਸਹਿਤਾਰੀ ਸਿੱਖੀ ਸੀ, ਹਰ ਬੰਦਾ ਰੋਇਆ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡਾ ਅਕੀਦਾ, ਸਾਡੀ ਜਿੰਦ ਜਾਨ ਹੈ। ਉਸ ਸਮੇਂ ਕੀ ਹੋਇਆ, ਬੜੇ ਧਰਨੇ ਮੁਜ਼ਾਹਰੇ ਹੋਏ, ਸੜਕਾਂ ਵੀ ਜਾਮ ਹੋਈਆਂ, ਜ਼ਿਲ੍ਹੇ ਵੀ ਬੰਦ ਹੋਏ। ਤਾਂ ਉਸ ਸਮੇਂ ਸਿੱਖਾਂ ਨੇ ਕੋਟਕਪੁਰੇ ਵਾਲੇ ਚੌਂਕ ਵਿੱਚ ਧਰਨਾ ਲਾਇਆ ਹੋਇਆ ਸੀ। ਦੋ ਤਿੰਨ ਦਿਨ ਹੋ ਗਏ ਸੀ ਧਰਨਾ ਲੱਗੇ ਨੂੰ, ਸਵੇਰ ਦਾ ਟਾਈਮ ਸੀ, ਜਪਜੀ ਸਾਹਿਬ ਦਾ ਪਾਠ ਹੋ ਗਿਆ ਸੀ, ਜਾਪ ਸਾਹਿਬ ਦਾ ਪਾਠ ਚੱਲ ਰਿਹਾ ਸੀ। ਤਾਂ ਪ੍ਰਕਾਸ਼ ਸਿੰਘ ਬਾਦਲ ਜੋ ਉਸ ਸਮੇਂ ਮੁੱਖ ਮੰਤਰੀ ਸੀ, ਸੁਖਬੀਰ ਸਿੰਘ ਬਾਦਲ ਗ੍ਰਹਿ ਮੰਤਰੀ ਸੀ, ਇਹਨਾਂ ਦੀ ਪੁਲਿਸ ਨੇ ਪਾਠ ਕਰਦੀ ਸੰਗਤ 'ਤੇ ਗੰਦੇ ਪਾਣੀ ਦੀਆਂ ਵਿਛਾੜਾਂ, ਲਾਠੀਚਾਰਜ, ਗੋਲੀਬਾਰੀ, ਔਰ ਇਹ ਹਾਲ ਕਰਤਾ ਸੀ ਕਿ ਹਰ ਹਿਰਦਾ ਰੋ ਪਿਆ ਵੀ ਸਾਡੀ ਸਿੱਖਾਂ ਦੀ ਪਾਰਟੀ ਹੋਵੇ, ਕਿਉਂਕਿ ਅਸੀਂ ਤਾਂ ਇਹਨਾਂ ਨੂੰ ਆਪਦਾ ਹੀ ਸਮਝਦੇ ਸੀ, ਸਾਡੇ ਮਨ 'ਚ ਤਾਂ ਕੋਈ ਹੈ ਹੀ ਨਹੀਂ ਸੀ। ਔਰ ਇਹਨਾਂ ਨੇ ਛੱਲੀਆਂ ਵਾਂਗ ਸਿੱਖਾਂ ਨੂੰ ਕੁੱਟਿਆ, ਇਹਨਾਂ ਨੇ ਉਹ ਇਤਿਹਾਸ ਯਾਦ ਕਰਾਤਾ ਜਿਵੇਂ ਜਲਿਆਂ ਵਾਲੇ ਬਾਗ ਵਿੱਚ ਹੋਈ ਸੀ। ਮੈਂ ਖੁਦ ਅੱਖੀ ਡਿੱਟਾ ਗਵਾਹ ਹੈ, ਸਿੱਖ ਕੁੱਟ ਖਾ ਕੇ ਕੋਟਕਪੁਰੇ ਤੋਂ ਜੈਤੋ ਤੱਕ ਤੁਰ ਕੇ ਆਈ। ਇਹ ਕੁਛ ਇਹਨਾਂ ਦੇ ਸਮੇਂ 'ਚ ਪਾਪ ਹੋਇਆ। ਇੱਥੋਂ ਪੁੱਤਰੇ ਵੀ ਗਏ ਕੋਟਕਪੁਰੇ ਚੌਂਕ ਤੋਂ ਗਾਂਹ ਬਹਿਬਲ ਜਾ ਕੇ ਦੋ ਸਿੰਘਾਂ ਨੂੰ ਸ਼ਹੀਦ ਕੀਤਾ। ਇੱਥੇ ਹੀ ਬਸ ਨਹੀਂ, ਤਾਂ ਸਾਡੇ ਹੀ ਦੋ ਸਿੱਖ ਨੌਜਵਾਨ ਰੁਪਿੰਦਰ ਸਿੰਘ, ਜਸਵਿੰਦਰ ਸਿੰਘ, ਦੋ ਭਰਾ ਪੰਜ ਗ੍ਰਾਈਂ ਦੇ, ਉਹਨਾਂ 'ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬੇਅਦਬੀ ਦਾ ਦੋਸ਼ ਲਾ ਕੇ ਆਲ ਵਰਲਡ 'ਚ ਸਿੱਖਾਂ ਨੂੰ ਬਦਨਾਮ ਕੀਤਾ ਕਿ ਇਹ ਲੋਕ ਆਪਦੇ ਗੁਰੂ ਸਾਹਿਬ ਦੀ ਆਪ ਹੀ ਬੇਅਦਬੀ ਕਰਦੇ ਆ। ਉਦੋਂ ਤਾਂ ਨਾ ਜਗੀਰ ਕੌਰ ਬੋਲੀ, ਨਾ ਢੀਂਡਸਾ ਸਾਹਿਬ ਬੋਲੇ, ਨਾ ਚੰਦੂ ਮਾਜਰਾ ਬੋਲੇ, ਇਹ ਰਲ ਕੇ ਹੀ ਚੱਲੇ ਆ ਸਾਰੇ। ਹੁਣ ਕੀ ਵਾਪਰਿਆ, ਹੁਣ ਪੰਜ ਵਾਰ ਲਗਾਤਾਰ ਇਹ ਹਾਰੇ ਹੈ। ਹੁਣ ਤੱਕ ਤਾਂ ਇਹਨਾਂ ਨੂੰ ਐਂ ਸੀ ਵੀ ਕਦੋਂ ਉੱਠਦਾ ਬੁੱਲ ਡਿੱਗਦਾ, ਪੰਜ ਵਾਰ ਲਗਾਤਾਰ ਹਾਰੇ। ਅੱਜ ਅਕਾਲੀ ਦਲ ਬਾਦਲ ਦਾ ਵੋਟ ਬੈਂਕ ਸਿਮਟ ਕੇ 6% ਰਹਿ ਚੁੱਕਿਆ। ਜੇ ਆਪਾਂ ਬਠਿੰਡੇ ਵਾਲੀ ਸੀਟ ਅਤੇ ਫਿਰੋਜ਼ਪੁਰ ਵਾਲੀ ਸੀਟ ਨੂੰ ਕੱਢਦੀ ਹੈ ਨਾ, 6% ਅੱਜ ਕਿਉਂ ਬੋਲਦੇ ਆ ਕੀ ਕੁਛ ਨਹੀਂ ਹੋਇਆ ਇਹਨਾਂ ਦੇ ਟਾਈਮ 'ਚ। ਜਦੋਂ ਸਿੱਖ ਸਮਾਜ ਦੇ ਸਾਧੂ ਸੰਤਾਂ ਨੇ ਲਹੂ ਦਾ ਖੱਪਰ ਭਰ ਕੇ ਵੀ ਪੇਸ਼ ਕਰਤਾ ਸੀ ਬਾਦਲ ਸਾਹਿਬ ਨੂੰ ਕਿ ਹੋਰ ਕਿੰਨਾ ਕੁ ਕੌਮ ਦਾ ਲਹੂ ਪੀਣਾ। ਇੱਕ ਟਾਈਮ ਇਹੋ ਜਿਹਾ ਵੀ ਆਇਆ ਸਿੱਖਾਂ ਨੇ ਕਿਹਾ ਕਿ ਅਸੀਂ ਦੀਵਾਲੀ ਨਹੀਂ ਮਨਾਉਣੀ, ਤਾਂ ਅਸੀਂ ਮਲੂਕਾ ਕਹਿੰਦਾ ਸੀ ਮੈਂ ਮਨਾਊ ਦੀਵਾਲੀ, ਰੋਕੋ, ਕਿਹੜਾ ਰੋਕਦਾ। ਕੀ ਨਹੀਂ ਹੋਇਆ ਇਹਨਾਂ ਦੇ ਰਾਜ ਵਿੱਚ, ਅੱਜ ਤੋਂ ਚੰਗੇ। ਇੱਕ ਵਾਰ ਮੇਰੀ ਬੇਨਤੀ ਸੁਣੋ ਪੂਰੀ। ਇਹਨਾਂ ਨੇ 78 ਤੋਂ ਲੈ ਕੇ 92 ਤੱਕ ਝੂਠੇ ਪੁਲਿਸ ਮੁਕਾਬਲੇ ਹੋਏ, ਕਾਂਗਰਸ ਦਾ ਰਾਜ ਸੀ, ਬਿੰਤੇ ਬੁੱਚੜ ਨੇ ਕੀਤੇ। ਇਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਬਾਦਲ ਐਂਡ ਕੰਪਨੀ ਨੇ ਕਿ ਜਿਹੜੇ ਪੁਲਿਸ ਵਾਲਿਆਂ ਨੇ ਝੂਠੇ ਪੁਲਿਸ ਮੁਕਾਬਲੇ ਕੀਤੇ ਆਪਾਂ ਉਹਨਾਂ ਦੀ ਪੈਰਵਾਈ ਕਰਾਂਗੇ, ਉਹਨਾਂ ਦੀ ਡਿਮੋਸ਼ਨ ਕਰਾਂਗੇ। ਉਹਨਾਂ ਨੇ ਪ੍ਰਮੋਸ਼ਨਾਂ ਲਈਆਂ, ਡਿਮੋਸ਼ਨ ਕਿਹਨੇ ਕਰਨੀ ਸੀ? ਜਥੇਦਾਰ ਕੌਂਕੇ, ਜਿਨ੍ਹਾਂ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ, ਉਹਨਾਂ ਨੂੰ ਵਿਚਾਲਿਓ ਐਂ ਪਾੜਤਾ ਸੀ, ਉਹਦੀ ਫਾਈਲ ਇਹੀ ਬਾਦਲ 25 ਸਾਲ ਨੱਪ ਕੇ ਬੈਠਾ ਰਿਹਾ। 25 ਸਾਲ ਇਹਨਾਂ ਤੋਂ ਕੀ ਉਮੀਦ ਰੱਖਦੇ ਹੋ? ਇਹਨਾਂ ਨੇ ਉਸੇ ਸੁਮੇਧ ਸੈਣੀ ਨੂੰ ਜਿਹੜਾ ਝੂਠੇ ਪੁਲਿਸ ਮੁਕਾਬਲੇ ਮਨਾਉਂਦਾ ਸੀ, ਉਸੇ ਸੁਮੇਧ ਸੈਣੀ ਨੂੰ DGP ਪੁਲਿਸ ਬਣਾਇਆ। ਇਜ਼ਹਾਰ ਆਲਮ, ਜਿਹਨੇ ਆਲਮ ਸੈਨਾ ਬਣਾ ਰੱਖੀ ਸੀ ਸਿੱਖ ਨੌਜਵਾਨਾਂ ਨੂੰ ਮਾਰਨ ਵਾਸਤੇ, ਸਿੱਖ ਨੌਜਵਾਨਾਂ ਦਾ ਮਤਲਬ ਘਾਣ ਕਰਨ ਵਾਸਤੇ, ਉਹਨੂੰ ਇਹਨਾਂ ਨੇ ਉੱਚੇ ਅਹੁਦਿਆਂ 'ਤੇ ਰੱਖਿਆ, ਉਹਦੀ ਪਤਨੀ ਨੂੰ ਬਹੁਤ ਵੱਡੇ ਅਹੁਦੇ ਦਿੱਤੇ। ਇਹਨਾਂ ਦੇ ਇਸ ਟਾਈਮ ਵਿੱਚ ਸੌਦਾ ਸਾਧ ਨੂੰ ਮਾਫੀ ਦਿੱਤੀ ਗਈ, ਭਾਵੇਂ ਦੀ ਉਹਨੇ ਮਾਫੀ ਮੰਗੀ ਹੈ ਨਹੀਂ ਮੰਗੀ। ਔਰ 96 ਲੱਖ ਰੁਪਇਆ ਸਿੱਖ ਕੌਮ ਦਾ ਸਰਮਾਇਆ, ਸ਼੍ਰੋਮਣੀ ਕਮੇਟੀ ਦਾ ਪੈਸਾ ਅਖਬਾਰਾਂ 'ਚ ਇਸ਼ਤਿਹਾਰ ਦੇਣ 'ਤੇ ਖਰਚ ਕੀਤਾ ਕਿ ਸੌਦਾ ਸਾਹਿਬ ਨੇ ਮਾਫੀ ਮੰਗੀ ਹੈ। ਸੌਦਾ ਸਾਹਿਬ ਦੀ ਫਿਲਮਾਂ ਦੇ ਪੋਸਟਰਾਂ ਦੇ ਮਤਲਬ ਪ੍ਰੋਟੈਕਸ਼ਨ ਕਰਨ ਵਾਸਤੇ ਪੁਲਿਸ ਵਾਲੇ ਲਾਏ ਗਏ, ਕਿੱਥੇ ਨਹੀਂ ਚੜਾਇਆ ਸਾਨੂੰ। ਇਹਨਾਂ ਦੇ ਟਾਈਮ ਵਿੱਚ ਹੀ ਸਿੱਖ ਇਤਿਹਾਸ ਨਾਂ ਦੀ ਇੱਕ ਪੁਸਤਕ ਲਿਖੀ ਹੈ, ਜਿਹੜੀ ਅੱਜ ਵੀ ਮਤਲਬ ਪੰਜਾਬ ਤੋਂ ਬਾਹਰ ਹੋਰ ਸਟੇਟਾਂ 'ਚ ਬੱਚਿਆਂ ਨੂੰ ਉਹ ਸਿਲੇਬਸ 'ਚ ਪੜ੍ਹਾਈ ਜਾਂਦੀ ਹੈ। ਸਾਡੇ ਇੱਕ ਜਥੇਦਾਰ ਜੀ ਹੈ ਬਲਦੇਵ ਸਿੰਘ ਸਰਸਾ, ਉਹ ਮਤਲਬ 32 ਕਿਸਾਨ ਯੂਨੀਅਨਾਂ 'ਚੋਂ ਵੀ ਇੱਕ ਯੂਨੀਅਨ ਦੇ ਮਾਲਕ ਹੈ। ਉਹ ਵੀਰ ਨੇ ਫਾਈਟ ਕੀਤੀ ਹਾਈਕੋਰਟ ਤੱਕ, ਤਾਂ ਉਹ ਪੁਸਤਕ ਪੰਜਾਬ 'ਚ ਬੰਦ ਹੋਈ ਹੈ, ਜਿਹਦੇ 'ਚ ਸਾਡੇ ਗੁਰੂਆਂ ਨੂੰ ਚੋਰ ਠੱਗ ਲਿਖਿਆ। ਅਤੇ ਇਹਨਾਂ ਤੋਂ ਉਮੀਦ ਕੀ ਕਰਦੇ ਹੋ? ਇਹ ਸ਼੍ਰੋਮਣੀ ਇਸ ਬਾਦਲ ਐਂਡ ਕੰਪਨੀ ਤੋਂ ਉਮੀਦ ਕੀ ਕਰਦੇ ਹੋ? ਇਹਨਾਂ ਨੇ ਸਿੱਖੀ ਰੋਹ ਰੀਤਾਂ ਦਾ ਘਾਣ ਕੀਤਾ। ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਇੰਨੀ ਪਾਵਰ ਸੀ,
ਅੰਗਰੇਜ਼ਾਂ ਦੇ ਸਮੇਂ 'ਚ ਜੇ ਉਹਨਾਂ ਨੂੰ ਕੋਈ ਕਹਿੰਦਾ ਸੀ ਨਾ ਪੇਸ਼ ਹੋਣਾ ਕਿਸੇ ਗੱਲ 'ਚ, ਉਹ ਕਹਿੰਦੇ ਸੀ ਸਾਡੀ ਪਾਵਰ ਅਮੈਰੀਕਾ ਦੇ ਰਾਸ਼ਟਰਪਤੀ ਤੋਂ ਜ਼ਿਆਦਾ ਉਹ ਪੇਸ਼ ਨਹੀਂ ਸੀ ਹੁੰਦੇ, ਭਾਵਾਂ ਦੀ ਇਹਦੀ ਨਿਸਬਤ ਉਹਨਾਂ ਨੂੰ ਬਾਅਦ 'ਚ ਜੇਲ੍ਹ ਵੀ ਕੱਟਣੀ ਪੈਂਦੀ, ਪਰ ਉਹਨਾਂ ਨੂੰ ਪਤਾ ਸੀ ਆਪਦੇ ਅਹੁਦੇ ਦੀ ਗਰਿਮਾ, ਪਰ ਇਹਨਾਂ ਨੇ ਸਾਡੇ ਅਕਾਲ ਤਖਤ ਸਾਹਿਬ ਦੇ ਅਹੁਦੇ ਦੀ ਗਰਿਮਾ ਘਟਾਈ। ਜਥੇਦਾਰ ਸਾਹਿਬ ਨੂੰ ਆਪਦੇ ਹਿੱਤਾਂ ਲਈ ਵਰਤ ਜਾਂਦੇ ਆ, ਜਦੋਂ ਇਹਨਾਂ ਨੂੰ ਆਪਦੀ ਲੋੜ ਹੁੰਦੀ ਹੈ ਉਹਨਾਂ ਨੂੰ ਵਰਤਦੇ ਆ ਆਪਦੇ ਨਿੱਜੀ ਹਿੱਤਾਂ ਲਈ, ਬਾਦਲ ਐਂਡ ਪਾਰਟੀ। ਅੱਜ ਇਹ ਬੋਲ ਰਹੇ ਆ ਢੀਂਡਸਾ ਸਾਹਿਬ ਦਾ ਚਰਨਜੀਤ ਬਰਾੜ, ਮੈਂ ਤੁਹਾਡੇ ਮਾਧਿਅਮ ਰਾਹੀਂ ਪੁੱਛਣਾ ਚਾਹੁੰਦੇ ਹੋ, ਮਾਫ਼ ਨਹੀਂ ਹੋਵੋਗੇ ਤੁਸੀਂ, ਤੁਸੀਂ ਰਲ ਕੇ ਮਲਾਈਆਂ ਖਾਧੀਆਂ, ਭਾਜਪਾ ਨਾਲ ਤੁਹਾਡੀ ਜਾਰੀ ਰਹੀ, ਢੀਂਡਸਾ ਸਾਹਿਬ ਮੰਤਰੀ ਰਹੀ, ਬੀਬੀ ਹਰਸਿਮਰਤ ਮੰਤਰੀ ਰਹੀ, ਉਦੋਂ ਨਾ ਤੁਸੀਂ ਕੋਈ ਪੰਜਾਬ ਦੀ ਗੱਲ ਕੀਤੀ, ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਪਏ ਹੈ, ਪੰਜਾਬ ਦੇ ਪਾਣੀਆਂ ਦੀ ਗੱਲ, ਚੰਡੀਗੜ੍ਹ ਪੰਜਾਬ ਦੀ ਗੱਲ, ਜਦੋਂ ਸੱਤਾ ਤੋਂ ਬਾਹਰ ਹੁੰਦੇ ਉਹਨਾਂ ਨੂੰ ਪੰਜਾਬ ਦੇ ਮਸਲੇ ਯਾਦ ਆ ਜਾਂਦੇ ਆ। ਇਹੀ ਮਤਲਬ ਸੁਖਬੀਰ ਬਾਦਲ ਕਾਲੇ ਕਾਨੂੰਨ ਜਦੋਂ ਬਣੇ ਉਹਨਾਂ ਦੀ ਪੈਰਵਾਈ ਕਰਦਾ ਸੀ ਵੀ ਠੀਕ ਬਣੇ ਆ, ਇਹੀ ਹਰਸਿਮਰਤ ਕੌਰ ਬਾਦਲ ਭਾਈ ਅੰਮ੍ਰਿਤਪਾਲ ਦੇ ਉਲਟ ਬੋਲਦੀ ਸੀ। ਇਹ ਹੁਣ ਮਤਲਬ ਜ਼ਮਾਨਾ ਹੈ ਨਾ ਸੋਸ਼ਲ ਮੀਡੀਆ ਦਾ, ਇਹਨਾਂ ਦੀ ਗੱਲ ਢੱਕੀ ਛੁੱਪੀ ਰਹਿੰਦੀ ਨਹੀਂ, ਹੁਣ ਸਾਹਮਣੇ ਆ ਜਾਂਦੀ ਹੈ। ਇਸੇ ਹਰਸਿਮਰਤ ਬਾਦਲ ਦਾ ਭਰਾ ਮਜੀਠੀਆ ਕਹਿੰਦਾ ਮੈਨੂੰ 10 ਮਿੰਟ ਦਿਓ ਅੰਮ੍ਰਿਤਪਾਲ ਨੂੰ ਸਿੱਧਾ ਕਰ ਦੂੰ, ਅੱਜ ਜੋ ਮਰਜ਼ੀ ਇਹ ਪੰਥਕ ਬਣੀ ਜਾਣ, ਪੰਥ ਤੁਹਾਨੂੰ ਇਹ ਕਦੋਂ ਦੀ ਤਿਲਾਂਜਲੀ ਦੇ ਚੁੱਕੀ ਹਾਂ, ਤਾਂ ਨਾਰਾ ਤਾਂ ਪਹਿਲਾਂ ਨਹੀਂ ਮਾਰਿਆ, ਜੇ ਹੁਣ ਜਿੱਤ ਗਿਆ ਅੰਮ੍ਰਿਤਪਾਲ ਦੇ ਘਰੇ ਬੈਠੇ ਨਜ਼ਰ ਆਏ ਨੇ ਉਹੀ ਬੰਦੇ, ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ ਜਿਹੜੀ ਇਕੱਠੀ ਬਣਾ ਕੇ ਚੱਲਣ ਦੀ ਵੀ ਗੱਲ ਹੋਈ ਹੋਊਗੀ, ਹੁਣ ਤਾਂ ਜੀ ਸਾਰੇ ਹੱਥ ਪੈਰ ਮਾਰਨਗੇ। ਪਰ ਮੈਨੂੰ ਰਾਮੂ ਵਾਲੀਆ ਸਾਹਿਬ ਦੀ ਵੀ ਗੱਲ ਚੇਤੇ ਆ ਜਾਂਦੀ ਹੈ, ਕਹਿੰਦੇ ਖੁਸਰਿਆਂ ਦੇ ਦੋ ਮੁੰਡੇ ਹੋ ਸਕਦੇ ਆ ਪਰ ਬਾਦਲ ਕਹਿੰਦਾ ਹੁਣ ਕੁਛ ਨਹੀਂ ਹੋ ਸਕਦਾ। ਇਹਨਾਂ ਨੂੰ ਬਦਦੁਆਵਾਂ ਲੱਗੀਆਂ ਸਿੱਖ ਕੌਮ ਦੀਆਂ, ਤੁਸੀਂ ਕਲਪਨਾ ਤਾਂ ਕਰਕੇ ਵੇਖੋ, ਪਾਠ ਕਰਦੇ ਸਿੱਖਾਂ 'ਤੇ ਗੰਦੇ ਪਾਣੀ ਦੀਆਂ ਵਿਛਾੜਾਂ, ਉਹਨਾਂ ਨੂੰ ਕੁੱਟਿਆ ਗਿਆ, ਮਾਰਿਆ ਗਿਆ, ਉਹ ਕੌਣ ਲੋਕ ਸੀ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਦ ਲੈ ਕੇ ਗਏ ਸੀ, ਤੇ ਉਹ 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 ਬਦਦੁਆਵਾਂ ਨਾਲ ਨਹੀਂ ਜਾਣਗੇ ਇਹਨਾਂ ਦੀ, ਉਹ 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 ਐਂ ਮੁੱਕ ਜਾਣਗੀਆਂ ਵੀ ਚਰਨਜੀਤ ਬਰਾੜ ਨੇ 5-7 ਇੰਟਰਵਿਊਆਂ ਦਿੱਤੀਆਂ ਤੇ ਢੀਂਡਸਾ ਤੇ ਬੀਬੀ ਜਗੀਰ ਕੌਰ ਤੇ ਇਹ ਮਤਲਬ ਚੰਦੂ ਮਾਜਰਾ ਤੇ ਸਾਰੇ ਕਹਿਣ ਵੀ ਅਸੀਂ ਬਰੀ ਹੋ ਜਾਵਾਂਗੇ, ਐਂ ਬਰੀ ਨਹੀਂ ਹੁੰਦੇ, ਇਹਨਾਂ ਨੂੰ ਸਾਰੀਆਂ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ 'ਚ ਦੇਣੀਆਂ ਪੈਣਗੀਆਂ। ਤੁਸੀਂ ਇੱਕ ਗੱਲ ਤਾਂ ਮੈਂ ਵਿਸਰ ਹੀ ਗਈ, ਇਹੀ ਚੰਦੂ ਮਾਜਰਾ ਸਾਹਿਬ ਕਹਿੰਦੇ ਸੀ ਕਿ ਪੁਸ਼ਾਕ ਭੇਟ ਹੀ ਮੈਂ ਕਰਕੇ ਆਇਆ, ਅਖਬਾਰ 'ਚ ਖਬਰ ਤੱਕ ਲੱਗੀ, ਫਿਰ ਦੱਸੋ ਫਿਰ ਕਿੱਥੋਂ ਮਾਫ਼ ਹੋ ਜਾਣਗੇ ਲੋਕ, ਇਹ ਕਦੇ ਵੀ ਮਾਫ਼ ਨਹੀਂ ਹੋਣਗੇ। ਇਹ ਤਾਂ ਦੁਨੀਆਂ ਦੀ ਦਰਗਾਹ 'ਚ ਇਹਨਾਂ ਨੂੰ ਸਜ਼ਾ ਮਿਲੀ ਹੈ ਨਾ, ਇਹ ਤਾਂ ਜਦੋਂ ਇਹਨਾਂ ਦਾ ਸਿਆਸੀ ਭਵਿੱਖ ਇਹਨਾਂ ਨੂੰ ਹਨੇਰਾ ਨਜ਼ਰ ਆਉਣ ਲੱਗ ਗਿਆ, 5 ਵਾਰ ਲਗਾਤਾਰ ਹਾਰ ਗਏ, ਤਾਂ ਇਹਨਾਂ ਨੇ ਐਨਾਲਿਸਿਸ ਕੀਤਾ ਵੀ ਕੀ ਹੋਇਆ, ਇਹਨਾਂ ਨੂੰ ਤਾਂ ਮਾਰ ਵੱਜੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਦਦੁਆ ਲੱਗੀ ਹੈ, ਸਿੱਖਾਂ ਦੀ ਬਦਦੁਆ ਲੱਗੀ ਹੈ, ਅਸੀਂ ਖੁਦ ਸਿੱਖਾਂ ਨੇ ਰੋ ਰੋ ਕੇ ਅਰਦਾਸਾਂ ਕੀਤੀਆਂ। ਤੁਸੀਂ ਕਲਪਨਾ ਤਾਂ ਕਰਕੇ ਵੇਖੋ ਵੀ ਅਸੀਂ ਬੈਠੇ ਹੋਈਏ, ਗੁਰੂ ਸਾਹਿਬ ਦਾ ਪਾਠ ਕਰੀ ਸਾਡੇ 'ਤੇ ਆ ਕੇ ਤੁਸੀਂ ਕੁੱਟ ਮਾਰ ਕਰੋ, ਛੱਲੀਆਂ ਵਾਂਗੂ ਕੁੱਟਿਆ ਸਿੱਖਾਂ ਨੂੰ, ਮੈਂ ਖੁਦ ਅੱਖੀ ਡਿੱਠਾ ਗਵਾਹ ਹੈ, ਕਿੱਥੇ ਲਾਉਣਗੇ, ਇਹ ਮਾਫ਼ ਕਰਨ ਯੋਗ ਨਹੀਂ। ਔਰ ਪਹਿਲਾਂ ਅੰਮ੍ਰਿਤਪਾਲ ਦੇ ਖਿਲਾਫ਼ ਹੁਣ ਉਸੇ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਹੈ, ਇਹਦਾ ਮਤਲਬ ਲੋਕਾਂ ਨੂੰ ਭੇਡਾਂ ਸਮਝਦੇ ਆ ਭਾਈ ਅੰਮ੍ਰਿਤਪਾਲ ਨੇ? ਹਾਂ ਕਰਤੀ, ਮੈਨੂੰ ਤਾਂ ਨਹੀਂ ਲੱਗਦਾ ਉਹ ਹਾਂ ਕਰਨਗੇ, ਅਤੇ ਲੋਕ ਇਹਨਾਂ ਨੂੰ ਕਦੋਂ ਹੁਣ, ਜਗਮੀਤ ਜੀ ਲੋਕ ਹੁਣ ਉਹ ਨਹੀਂ ਰਹੇ, ਹੁਣ ਬਹੁਤ ਜਾਗਰੂਕ ਹੋ ਗਏ ਨੇ। ਆ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਕੱਲ੍ਹ ਦੀ ਦਿਹਾੜੀ ਜਿਤਾ ਕੇ, ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਜਿਤਾ ਕੇ ਲੋਕਾਂ ਨੇ ਦੱਸਿਆ ਕਿ ਅਸੀਂ ਜਾਗਦੀਆਂ ਜ਼ਮੀਰਾਂ ਵਾਲੇ ਹੈ, ਜਾਗਦੀਆਂ ਜ਼ਮੀਰਾਂ ਵਾਲੇ। ਇੱਕ ਪਾਸੇ ਪੂਰੀ ਸਰਕਾਰ ਦਾ ਜ਼ੋਰ ਲੱਗਿਆ ਪਿਆ ਸੀ, ਕਰਮਜੀਤ ਅਨਮੋਲ ਉਹਨਾਂ ਨੇ ਬਹੁਤ ਵੱਡਾ ਚਿਹਰਾ ਲਿਆਂਦਾ ਸੀ ਔਰ ਜਿੱਤਿਆ ਮੰਨ ਰਹੇ ਸੀ ਆਪਦੇ ਨੂੰ, ਅਤੇ ਥੋੜ੍ਹੇ ਦਿਨ ਪਹਿਲਾਂ ਆ ਕੇ ਭਾਈ ਸਰਬਜੀਤ ਸਿੰਘ ਖਾਲਸਾ ਆਏ ਤਾਂ ਸਾਰੇ ਸਿੱਖ ਕੌਮ ਨੇ ਹੱਥਾਂ 'ਤੇ ਚੱਕ ਲਿਆ, ਫਰੀਦਕੋਟ ਵਾਸੀਆਂ ਨੇ ਕਿ ਸਾਡੇ ਸ਼ਹੀਦ ਦਾ ਪੁੱਤਰ ਹੈ, ਸ਼ਹੀਦ ਭਾਈ ਬੇਅੰਤ ਸਿੰਘ ਦਾ ਪੁੱਤਰ ਹੈ ਜਿਹਨੇ ਇੰਦਰਾ ਗਾਂਧੀ ਦਾ ਸੋਧਾ ਲਾ ਕੇ ਸਿੱਖ ਕੌਮ ਦੀ ਅਣਖ ਬਰਕਰਾਰ ਰੱਖੀ। ਪੰਜਾਬ ਦੇ ਵਿੱਚ 2 MP ਜਿੱਤਦੇ ਨੇ ਆਜ਼ਾਦ ਤੌਰ 'ਤੇ, ਇੱਕ ਖੇਤਰੀ ਪਾਰਟੀ ਜਾਂ ਸਿੱਖਾਂ ਦੀ ਪਾਰਟੀ ਖੜੀ ਹੋਣ ਦੀ ਗੱਲ ਆਉਂਦੀ ਹੈ, ਉਹ ਤੋਂ ਹੀ ਬਾਕੀ ਤੁਹਾਡਾ ਅਕਾਲੀਆਂ 'ਚੋਂ ਅਲੱਗ ਹੋ ਜਾਂਦਾ, ਇਹਦਾ ਮਤਲਬ ਬਾਦਲਾਂ ਦੀ ਚਾਲ ਸਮਝ ਕੇ ਜਾਂ ਫਿਰ ਉਹਨਾਂ 'ਚ ਹਮਦਰਦੀ ਹੈ ਕਿ ਨਾਲ ਰਲ ਕੇ ਚੱਲਣਾ ਚਾਹੁੰਦੇ ਆ? ਉਹ ਨਾਲ ਰਲ ਕੇ ਨਹੀਂ ਚੱਲਣਾ ਚਾਹੁੰਦੇ, ਇਹ ਤਾਂ ਆਪਦੀ ਮਤਲਬ ਸਿਆਸੀ ਭਵਿੱਖ ਹੀ ਵੇਖਦੇ ਆ ਵੀ ਕਿਤੋਂ ਮਿਲ ਜੇ, ਪਰ ਮੈਨੂੰ ਨਹੀਂ ਲੱਗਦਾ ਅੰਮ੍ਰਿਤਪਾਲ ਇਹਨਾਂ ਨੂੰ ਨਾਲ ਰਲਾਊਗਾ। ਜਦੋਂ ਬੀਬੀ ਖਾਲੜਾ ਜੀ ਖੜੇ ਹੋਏ ਸੀ ਉਹਦੇ 'ਤੇ ਇਹਨਾਂ ਨੇ ਬਰਾਬਰ ਆਪਦਾ ਕੈਂਡੀਡੇਟ ਕਢਾਤਾ ਸੀ, ਜੇ ਹੁਣ ਅੰਮ੍ਰਿਤਪਾਲ ਸਿੰਘ ਜੀ ਖੜੇ ਹੋਏ ਆ ਤਾਂ ਬਰਾਬਰ ਇਹਨਾਂ ਨੇ ਆਪਦਾ ਕੈਂਡੀਡੇਟ ਕਢਾਇਆ ਹੋਇਆ ਸੀ,
ਸਰਬਜੀਤ ਸਿੰਘ ਖਾਲਸਾ ਦੇ ਬਰਾਬਰ ਆਪਦਾ ਕੈਂਡੀਡੇਟ ਖੜਾਇਆ ਹੋਇਆ ਸੀ ਤੇ ਉਹ ਇਹਨਾਂ ਨੂੰ ਕਿਵੇਂ ਭੁੱਲ ਜਾਣਗੇ? ਉਹ ਜੋ ਮਰਜ਼ੀ ਕਰ ਜਾਣ, ਵੋਟਾਂ ਦਾ ਰਿਜ਼ਲਟ ਚੰਗਾ, ਇਹਨਾਂ ਤੇ ਬਾਗੀ ਅੱਡ ਨਹੀਂ ਹੁੰਦੇ ਸੀ। ਦੇਖੋ ਇਹ ਇਹਨਾਂ ਦਾ ਘਰੇਲੂ ਮਸਲਾ, ਮੈਨੂੰ ਨਹੀਂ ਪਤਾ ਉਹ ਕਿੱਥੇ ਖੜਦੇ ਹੋ, ਜ਼ਿਲ੍ਹਾ ਪ੍ਰੀਸ਼ਦਾਂ ਤੇ ਵਿਰਦੇ ਆ ਜਾਂ ਮਲਾਈਆਂ ਤੇ ਵਿਰਦੇ, ਉਹਨਾਂ ਦਾ ਵਿਸ਼ਾ, ਉਹਨਾਂ ਨੇ ਬਹੁਤ ਗੱਫੇ ਖਾਧੇ ਆ। ਉਹ ਤਾਂ ਆਪਦਾ ਉਹ ਵੇਖ ਰਿਹਾ ਵੀ ਹੁਣ ਅਸੀਂ ਬੱਚਿਆਂ ਨੂੰ ਕਿੱਧਰ ਫਿੱਟ ਕਰਾਂਗੇ, ਜਿਵੇਂ ਦੁਕਾਨਦਾਰ ਆਪਦੇ ਬੱਚੇ ਨੂੰ ਦੁਕਾਨਦਾਰ ਬਣਾਉਂਦਾ, ਇਹ ਤਾਂ ਆਪਦੇ ਬੱਚਿਆਂ ਨੂੰ ਫਿੱਟ ਕਰ ਰਹੇ ਆ। ਮਲੂਕਾ ਸਾਹਿਬ ਨੇ ਆਪਦੀ ਨੂੰ ਭਾਜਪਾ ਵੀ ਨਹੀਂ ਫਿੱਟ ਕਰਤੀ, ਇਹ ਵਿਚਾਰੇ ਹੁਣ ਅੜਾਉਂਦੇ ਫਿਰਦੇ ਆ, ਜ਼ਮੀਨੀ ਤਲਾਸ਼ ਕਰ ਰਹੇ ਨੇ, ਜ਼ਮੀਨ ਤਲਾਸ਼ ਕਰ ਰਹੇ ਆ, ਸਿਆਸਤੀ ਜ਼ਮੀਨ। ਸਿਆਸਤ ਵਿੱਚ ਇਹਨਾਂ ਦੀ ਜ਼ਮੀਨ ਖਿਸਕ ਚੁੱਕੀ ਹੈ, 5 ਵਾਰ ਲਗਾਤਾਰ ਵੋਟਾਂ 'ਚ ਹਾਰ ਗਏ ਆ, 6% ਇਹਨਾਂ ਦਾ ਵੋਟ ਬੈਂਕ ਰਹਿ ਗਿਆ। ਜੇ ਇਹਨਾਂ ਨੂੰ ਥੋੜ੍ਹੀ ਜਿਹੀ ਵੀ ਅਣਖ ਹੁੰਦੀ ਤਾਂ ਪਹਿਲਾਂ ਜਾਗਦੇ ਵੀ ਭਾਈ ਕੀ ਕੀ ਹੋ ਰਿਹਾ। ਪਹਿਲਾਂ ਤਾਂ ਇਹਨਾਂ ਨੇ ਕਦੇ ਨਹੀਂ ਸੁਖਬੀਰ ਬਾਦਲ ਨੂੰ ਕਿਹਾ ਵੀ ਤੂੰ ਇੱਥੇ ਰੋਂਗ ਹੈ। ਪੰਥ ਦਾ ਹੇਜ ਬਹੁਤ ਆ, ਜੇ ਕੱਲ ਨੂੰ ਪੰਥ ਦੇ ਅੱਗੇ ਆ ਕੇ ਬੈਠ ਜਾਂਦੇ ਆ, ਤੁਹਾਡੇ ਵਰਗੇ ਜਿਹੜੇ ਲੋਕ ਵਰਕਰ ਕੰਮ ਕਰਦੇ ਸੀਗੇ ਪੰਜਾਬ ਦੀ ਇੱਕ ਪੰਥਕ ਪਾਰਟੀ ਲਈ, ਜੇ ਇਹਨਾਂ ਦੇ ਅੱਗੇ ਆ ਕੇ ਬੈਠ ਜਾਂਦੇ ਬਰਦਾਸ਼ਤ ਕਰੋਗੇ? ਕਿਵੇਂ ਬੈਠਣਗੇ? ਮੈਨੂੰ ਸਮਝ ਹੀ ਨਹੀਂ ਆਉਂਦੀ ਅੱਜ ਕੀ ਹੈ ਆਪਣਾ ਪੰਜਾਬ ਦੇ ਸਿਆਸੀ ਡਰਾਮਾ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਕਰਨਾ ਹੁੰਦਾ। ਕਰੀ ਜਾਣ ਤੇ ਜਾ ਕੇ ਪੇਸ਼ ਹੋ ਗਏ, ਕਰੀ ਜਾਣ ਮਾਫੀ ਦੇ ਦਿਓ ਸਾਨੂੰ, ਕਰੀ ਜਾਣ, ਕਦੇ ਵੀ ਮਾਫ ਨਹੀਂ ਹੋਣਗੇ ਇਹ, ਕਰੀ ਜਾਣ ਜੋ ਮਰਜ਼ੀ ਡਰਾਮੇ ਕਰੀ ਜਾਣ। ਪੰਜਾਬ ਦੇ ਲੋਕ ਹੁਣ ਜਾਗ ਗਏ ਹੈ। ਜਗਮੀਤ ਜੀ, ਮੈਂ ਸਰਗਰਮ ਸਿਆਸਤ 'ਚ ਵਿਚਰ ਕੇ ਆਈ ਹਾਂ, ਸੰਗਰੂਰ 'ਚ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਕੰਪੇਨ ਚਲਾ ਕੇ ਆਈ ਹਾਂ। ਮੈਂ ਉਸ ਯੋਧੇ ਜਰਨੈਲ ਦੀ ਫਿਰ ਇੱਥੇ ਗੱਲ ਕਰਨੀ ਚਾਹੂੰਗੀ। ਜਦੋਂ ਬਾਬਾ ਜੋਗਿੰਦਰ ਸਿੰਘ ਜੀ ਨੇ, ਸੰਤਾਂ ਦੇ ਪਿਤਾ ਜੀ ਨੇ ਇੱਕ ਅਕਾਲੀ ਦਲ ਬਣਾਤਾ ਸੀ ਸਾਰੀਆਂ ਪਾਰਟੀਆਂ ਭੰਗ ਕਰਕੇ, ਉਹਦੇ ਵਿੱਚ ਕੈਪਟਨ ਸਾਹਿਬ ਵੀ ਸੀ, ਟੋੜਾ ਸਾਹਿਬ ਵੀ ਸੀ ਅਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਖੜ੍ਹੇ, ਬਾਕੀ ਸਾਰੇ ਭੱਜ ਗਏ। ਮੈਂ ਉਸ ਬੰਦੇ ਦੀ ਅੱਜ ਹਿਮਾਇਤ ਕਰਕੇ ਆਈ ਹਾਂ ਅਤੇ ਮੈਂ ਵੇਖਿਆ ਲੋਕਾਂ ਦੇ ਰੰਗ ਢੰਗ, ਇਹਨਾਂ ਨੂੰ ਲੋਕ ਨਕਾਰ ਚੁੱਕੇ ਆ। ਉੱਥੇ ਵੀ ਇਹਨਾਂ ਨੇ ਆਪਣਾ ਕੈਂਡੀਡੇਟ ਖੜਾਇਆ ਹੋਇਆ ਸੀ, ਸੰਗਰੂਰ 'ਚ ਵੀ, ਪਰ ਲੋਕ ਇਹਨਾਂ ਨੂੰ ਪਸੰਦ ਨਹੀਂ ਕਰ ਰਹੇ। ਹਰ ਇੱਕ ਬੰਦੇ ਨੂੰ ਹਰ ਗੱਲ ਚੇਤੇ ਆ, ਹੁਣ ਸੋਸ਼ਲ ਮੀਡੀਆ ਹੈ, ਜਿਹੜੀ ਗੱਲ ਵਾਪਰੀ ਉਦੋਂ ਵਾਇਰਲ ਹੋ ਜਾਂਦੀ ਹੈ। ਕਿਸੇ ਨੂੰ ਸਿੱਖ ਇਤਿਹਾਸ ਨਹੀਂ ਭੁੱਲੀ, ਮੈਂ ਆਪਦੇ ਮੂੰਹੋਂ ਨਾ ਸ਼ਬਦ ਕਹਿਣਾ ਨਹੀਂ ਚਾਹੁੰਦੀ ਇੱਥੇ ਵੀ ਕੀ ਸਾਡੇ ਗੁਰੂਆਂ ਬਾਰੇ ਲਿਖਿਆ। ਸਾਡੇ ਗੁਰੂਆਂ ਨੂੰ ਚੋਰ ਠੱਗ, ਗੁਰੂ ਹਰਗੋਬਿੰਦ ਸਾਹਿਬ ਵਾਸਤੇ ਬੜਾ ਮਾੜਾ ਕੁਛ, ਅਤੇ ਜੇ ਤੁਹਾਡੇ ਸਮੇਂ ਵਿੱਚ ਤੁਸੀਂ ਸ਼੍ਰੋਮਣੀ ਕਮੇਟੀ ਦੇ ਕਬਜ਼ ਹੋ, ਤੁਹਾਡੇ ਸਮੇਂ 'ਚ ਐਡਾ ਕੁਛ ਮਾੜਾ ਲਿਖਿਆ ਗਿਆ, ਤੁਹਾਡੇ ਮਾਲ ਸਾਰਾ ਮਤਲਬ ਤੁਹਾਡੇ 'ਤੇ ਹੀ ਆਊਗਾ ਨਾ ਉਹ ਦੋਸ਼, ਸ਼੍ਰੋਮਣੀ ਕਮੇਟੀ ਕਿਹਦੇ ਕੋਲ ਹੈ ਤੁਹਾਡੇ ਕੋਲ? ਇੱਕ ਤੁਹਾਨੂੰ ਹੋਰ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦੀ ਹਾਂ, ਇਹਨਾਂ ਨੇ ਸਾਡੀ ਸਿੱਖ ਕੌਮ ਦੀ ਬਹੁਤ ਜੜ ਵੱਢੀ ਹੈ, ਸਾਡੀ ਜੜ ਲਾਈ ਹੈ ਗੁਰੂ ਸਾਹਿਬ ਨੇ। ਇਹ ਸਿੱਖ ਕੌਮ ਦੀ ਚੜ੍ਹਦੀ ਕਲਾ ਵਿੱਚ ਜਾਂ ਜੜ ਵਿੱਚ ਤਾਂ ਉਹਨਾਂ ਨੇ ਆਪਦੇ ਸਾਹਿਬਜ਼ਾਦਿਆਂ ਦਾ ਖੂਨ ਪਿਆ, ਸਿੱਖਾਂ ਨੂੰ ਖਤਮ ਕਰਨ ਵਾਲਾ ਕੋਈ ਨਹੀਂ ਜੰਮਿਆ। ਮੈਂ ਤੁਹਾਡੇ ਨਾਲ ਇੱਕ ਛੋਟੀ ਜਿਹੀ ਸ਼ੇਅਰ ਕਹਿਣਾ ਚਾਹੂੰਗੀ। ਸੁੱਕ ਸਕਦੇ ਨੇ ਸਮੁੰਦਰ, ਹਿੱਲ ਸਕਦੀ ਹਿਮਾਲਾ, ਪਰ ਇਹ ਬੁੱਝ ਨਹੀਂ ਸਕਦੀ ਹੈ ਸਿੱਖੀ ਦੀ ਜਵਾਲਾ। ਇਹ ਜੋਤ ਹੈ ਇਲਾਹੀ, ਜਗੇਗੀ ਨਿਰੰਤਰ, ਖਾਲਸਾ ਅਮਰ ਅਮਰ ਹੈ ਖਾਲਸਾ। ਜਿੰਨਾ ਮਰਜ਼ੀ RSS ਜ਼ੋਰ ਲਾ ਲਏ, ਜਿੰਨਾ ਮਰਜ਼ੀ ਹੋਰ ਕੋਈ ਦੂਜਾ ਚੀਜ਼ਾਂ ਜ਼ੋਰ ਲਾ ਲਏ, ਸਿੱਖ ਨਾ ਕਦੇ ਮੁੱਕੇ ਅਤੇ ਨਾ ਮੁੱਕਣੇ ਆ। ਸਾਡੇ 'ਤੇ ਤਾਂ ਉਹ ਟਾਈਮ ਵੀ ਆਏ ਜਦੋਂ ਕਿ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਣ ਲੱਗ ਗਏ ਸੀ, ਕਹਿੰਦੇ ਸਿੱਖ ਖਤਮ ਹੋ ਗਏ। ਕਹਿੰਦੇ ਵੱਡੇ ਸਿਰਾਂ ਦੇ ਜਦੋਂ ਅਸੀਂ ਮੁੱਲ ਪੈਂਦੇ ਹੌਸਲੇ ਹੋਏ ਸਾਡੇ ਅੰਗਿਆਰ ਵਾਂਗੂ, ਅਤੇ ਕਹਿੰਦੇ ਸਮੇਂ ਦੀ ਹਕੂਮਤ, ਕਹਿੰਦੀ ਸਿੱਖ ਮੁੱਕ ਗਏ, ਤਾਂ ਭਾਈ ਗਰਜਾ ਸਿੰਘ ਬੋਤਾ ਸਿੰਘ ਨੇ ਚੁੰਗੀ ਲਾ ਕੇ ਕਹਿਤਾ ਜੀ, ਕਹਿੰਦਾ ਸਿੰਘ ਬੋਤਾ ਰੁਪਈਆ ਉੱਠ ਤੇ ਟਕਾ ਖੋਤਾ, ਕਿ ਸਮੇਂ ਦੀ ਹਕੂਮਤ ਨੂੰ ਪਤਾ ਲੱਗ ਜਾਏ ਸਿੱਖ ਹੈਗੇ ਆ। ਹੁਣ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਜੇ ਬਾਦਲ 'ਚ ਜਾਨ ਹੁੰਦੀ, ਜਿਹਨੇ ਕੋਈ ਸਿੱਖ ਰੋਹ ਰੀਤਾਂ ਕਾਇਮ ਰੱਖੀਆਂ ਹੁੰਦੀਆਂ, ਤਾਂ ਸਾਡੀ ਇੱਕ ਬੱਚੀ ਪੇਪਰ ਦੇਣ ਗਈ ਰਾਜਸਥਾਨ 'ਚ, ਪੇਪਰ ਦੇਣ ਗਈ ਅਤੇ ਉਹਨੂੰ ਕਹਿੰਦੇ ਵੀ ਤੂੰ ਆ ਕਿਰਪਾਨ ਲਾ, ਉਹ ਬੱਚੀ ਪੇਪਰ ਨਹੀਂ ਦੇ ਕੇ ਆਈ। ਉਹ ਮੈਡੀਕ ਸੋਰੀ ਉਹ ਵਕੀਲ ਸੀ ਬੱਚੀ, ਅਤੇ ਹੋਰ ਜੁਡੀਸ਼ਰੀ ਦਾ ਪੇਪਰ ਦੇਣ ਗਈ ਸੀ, ਉਹ ਬੱਚੀ ਨੇ ਉੱਥੇ 5-10-20 ਮਿੰਟ 5-10-20 ਮਿੰਟ ਉਹ ਬੱਚੀ ਨੇ ਜ਼ਿਰਾ ਕੀਤੀ, ਕਹਿੰਦੀ ਵੀ ਮੈਂ ਨਹੀਂ ਲਾਉਣਾ। ਜੇ ਇਹਨਾਂ ਨੇ ਸਾਡੀਆਂ ਮਤਲਬ ਰੋਹ ਰੀਤਾਂ ਖਤਮ ਨਾ ਕੀਤੀਆਂ ਹੁੰਦੀਆਂ, ਜਾਂ ਸਾਡਾ ਦਾਈਆ ਖਤਮ ਨਾ ਕੀਤਾ ਹੁੰਦਾ, ਜਾਂ ਸਾਡਾ ਰੋਹਬ ਨਾ ਖਤਮ ਕੀਤਾ ਹੁੰਦਾ, ਕਿਹਦੀ ਜ਼ਰੂਰਤ ਪੈਂਦੀ ਸੀ ਸਾਡੇ ਬੱਚਿਆਂ ਤੋਂ ਕਕਾਰ ਲਵਾਏ ਦੇ? ਸੰਵਿਧਾਨ ਦੀ ਧਾਰਾ 25 ਸਾਨੂੰ ਅਧਿਕਾਰ ਦਿੰਦੀ ਹੈ,
ਸਿੱਖ ਕਿਰਪਾਨ ਪਹਿਨ ਸਕਦਾ, ਲੈ ਕੇ ਚੱਲ ਸਕਦਾ, ਉਹਦੇ ਵਿੱਚ ਕੋਈ ਪੈਮਾਨਾ ਨਹੀਂ ਵੀ ਕਿੰਨੀ ਲੰਬੀ ਕਿੰਨੀ ਚੌੜੀ ਦੱਸਿਆ ਵੀ ਹੈ ਵੀ 25। ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦੀ ਹਾਂ ਵੀ ਸਿੱਖ ਰੋ ਰੀਤਾਂ ਦਾ ਕਹਾਣ ਜਿੰਨਾ ਬਾਦਲ ਸਾਹਿਬ ਦੇ ਟਾਈਮ 'ਤੇ ਹੋਇਆ ਕਦੇ ਨਹੀਂ ਹੋਇਆ। ਮੇਰੇ ਕੋਲ ਹੋਏ ਸ਼੍ਰੋਮਣੀ ਕਮੇਟੀ, ਹਜ਼ਾਰਾਂ ਅਰਬਾਂ ਰੁਪਏ ਦਾ ਬਜਟ ਹੈ, ਜ਼ਰੂਰਤ ਕੀ ਪੈ ਜੇ ਕਿਸੇ ਦੀ ਵੀ ਉਹ ਸਿੱਖਾਂ 'ਤੇ ਕੋਈ ਇਹੋ ਜਿਹੀ ਗੱਲ ਕਰ ਜੇ, ਜ਼ਰੂਰਤ ਨਹੀਂ ਪੈਂਦੀ, ਸੁਪਰੀਮ ਕੋਰਟ ਤੱਕ ਖਿੱਚਿਆ ਹੋਵੇ, ਵੱਡੇ ਤੋਂ ਵੱਡਾ ਵਕੀਲ ਕੀਤਾ ਹੋਵੇ। ਇਹ ਤਾਂ ਹਰ ਥਾਂ 'ਤੇ ਜਿੱਥੇ ਜੀ ਕਰਦਾ ਉਹੀ ਬਾਈ ਸਾਡੇ ਜਜ਼ਬਾਤਾਂ ਨਾਲ ਖੇਡਦਾ। ਪੰਥਕਾਂ ਨੇ ਜਦ ਦਰਬਾਰ ਸਾਹਿਬ ਕੁੜੀ ਆਈ ਜਿਹੜੀ ਉਹਨੇ ਯੋਗਾ ਕਰਕੇ ਦਿਖਾਇਆ, ਉਹਦੇ ਖਿਲਾਫ਼ ਨਹੀਂ ਬੋਲੇ, ਆ ਕੁੜੀ ਜਿਹੜੀ ਹੁਣ ਦੇ ਕਕਾਰ ਲਵਾਏ ਗਏ ਉਹਦੇ ਹੱਕ 'ਚ ਨਹੀਂ ਬੋਲੇ, ਬੜੇ ਮਸਲੇ ਹੋਏ ਆ ਪੰਜਾਬ 'ਚ। ਮੈਂ ਕਹਿੰਦੀ ਇਹੋ ਜਿਹੇ ਤਾਂ ਇਹੋ ਜਿਹੇ ਤਾਂ ਲੱਖਾਂ ਮਸਲੇ ਹੋਏ ਆ। ਇਹ ਬੋਲਦੇ ਕਦੋਂ ਆਪਣੇ ਲਈ? ਫਿਰ ਇਹ ਤਾਂ ਉਦੋਂ ਬੋਲਦੇ ਆ ਜਦੋਂ ਇਹਨਾਂ ਦੀ ਕੁਰਸੀ ਖਿਸਕਦੀ ਹੈ। ਇਹ ਡਰਾਮਾ ਕਰ ਰਹੇ? ਡਰਾਮਾ ਹੀ ਹੈ, ਇਹ ਡਰਾਮਾ ਹੀ ਹੈ ਜਦੋਂ ਇਹਨਾਂ ਦੀ ਕੁਰਸੀ ਖਿਸਕਦੀ ਹੈ। ਇਹ ਤਾਂ ਤੁਸੀਂ ਕੁੜੀ ਦੀ ਗੱਲ ਕਰਦੇ, ਇਹੋ ਜਿਹੇ ਤਾਂ ਮੈਂ ਤੁਹਾਨੂੰ ਹਜ਼ਾਰਾਂ ਘਟਨਾਵਾਂ ਦੱਸ ਰਿਹਾ। ਜਦੋਂ ਇਹਨਾਂ ਨੂੰ ਪੰਥ ਦਾ ਹੇਜ ਜਾ ਗਿਆ, ਉਹ ਤੋਂ ਬਾਅਦ ਦੀਆਂ ਮੈਂ ਘਟਨਾਵਾਂ ਦੀ ਗੱਲ ਕਰ ਰਿਹਾ। ਇਹਨਾਂ ਨੂੰ ਕੋਈ ਹੇਜ ਨਹੀਂ, ਇਹ ਸਿਰਫ ਡਰਾਮੇਬਾਜ਼ੀ ਹੈ, ਹੇਜ ਪੰਥ ਦਾ ਤਾਂ ਹੈ ਹੀ ਕੋਈ ਨਹੀਂ। ਇਹਨਾਂ ਨੇ ਤਾਂ ਆਪਦੀ ਪਾਰਟੀ ਨੂੰ ਪੰਥਕ ਪਾਰਟੀ ਨਹੀਂ ਛੱਡਿਆ ਹੋਇਆ, ਇਹਨਾਂ ਨੇ ਤਾਂ ਮੋਗੇ ਰੈਲੀ ਕਰਕੇ ਕਹਿੰਦੇ ਸਾਡੀ ਤਾਂ ਪੰਜਾਬੀ ਪਾਰਟੀ ਹੈ, ਪੰਜਾਬੀ ਪਾਰਟੀ ਹੈ, ਕੋਈ ਪੰਥ ਦਾ ਹੇਜ ਨਹੀਂ। ਪੰਥ ਦੇ ਮਸਲੇ, ਚੰਡੀਗੜ੍ਹ ਪੰਜਾਬ ਦਾ ਪੰਥ ਦੇ ਵੱਧ ਅਧਿਕਾਰ, ਪਾਣੀਆਂ ਦੀ ਗੱਲ ਉਦੋਂ ਚੇਤੇ ਆਉਂਦੀ ਹੈ ਜਦੋਂ ਸੱਤਾ ਤੋਂ ਬਾਹਰ ਹੁੰਦੇ, ਜਦੋਂ 10 ਸਾਲ ਤੁਸੀਂ ਸੱਤਾ ਦੇ ਵਿੱਚ ਰਹੇ ਹੋ, ਸੈਂਟਰ ਵਿੱਚ ਮੋਦੀ ਦਾ ਰਾਜ ਸੀ, ਤੁਹਾਡਾ ਭਾਈਵਾਲ ਸੀ, ਵੱਡੀਆਂ ਮਿਨਿਸਟਰੀਆਂ ਹੰਡਾਈਆਂ, ਉਹ ਤਾਂ ਸਾਡੇ ਮਸਲੇ ਕਦੇ ਨਹੀਂ ਚੇਤੇ ਆਏ, ਕਦੇ ਬੰਦੀ ਸਿੰਘਾਂ ਦੀ ਗੱਲ ਨਹੀਂ ਕੀਤੀ। ਇਸੇ ਸੁਖਬੀਰ ਬਾਦਲ ਦਾ ਬਿਆਨ ਹੈ ਕਿ ਕਾਤਲ ਹਵਾਰਾ ਕੌਮ ਨੂੰ ਕੀ ਸੇਧ ਦੇ ਦੂ, ਅਜੇ ਬੰਦੀ ਸਿੰਘਾਂ ਦੀ ਗੱਲ ਕਰਦੇ ਆ। ਸਾਡੇ ਮਿੱਤਰ ਮਹਿਮ ਜੀ ਚਲਾਈ ਸੀ, ਉਹ ਵੀ ਭੁੱਲ ਗਏ, ਇਹ ਸਾਡੇ ਕਦੇ ਵੀ ਮਿੱਤਰ ਨਾ ਸੀ ਤੇ ਨਾ ਹੈਗੇ ਤੇ ਨਾ ਹੋਣਗੇ, ਇਹ ਸਿਰਫ ਡਰਾਮੇਬਾਜ਼ੀ ਹੈ। ਤੇ ਇਹ ਜਿਹੜੀ ਤੁਸੀਂ ਘਟਨਾ ਦੱਸੀ ਹੈ ਨਾ ਵੀ ਰਾਜਸਥਾਨ ਵਾਲੀ, ਇਹੋ ਜਿਹੀ ਤਾਂ ਮੈਂ ਹਜ਼ਾਰਾਂ ਘਟਨਾ ਤੁਹਾਨੂੰ ਦੱਸ ਸਕਦੀ ਹਾਂ। ਅੰਮ੍ਰਿਤਪਾਲ ਹੁਣ ਪੰਜਾਬ 'ਚ ਆਊਗਾ, ਆਉਣਾ ਚਾਹੀਦਾ ਜਾਂ ਕੀ ਡਿੱਕਾ ਬਣੂਗਾ? ਜੇ ਨਹੀਂ ਆਉਂਦਾ ਤੇ ਕੀ ਕਰਨਾ, ਕੀ ਕਰਨਗੇ? ਆਉਣਾ ਚਾਹੀਦਾ, ਜੇ ਨਹੀਂ ਆਉਂਦਾ ਤਾਂ ਫਿਰ ਇਹਨਾਂ ਦਾ ਮਖੌਟਾ ਉਤਰ ਜੂਗਾ, ਜਿਹੜਾ ਇਹ ਕਹਿੰਦੇ ਸੀ ਲੋਕਤੰਤਰ ਹੈ। ਮੈਂ ਤਾਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟੀ ਹਾਂ ਵੀ ਸਾਡੇ ਨਾਲ ਅੱਜ ਦਾ ਧੱਕਾ ਨਹੀਂ ਹੋ ਰਿਹਾ, ਸਾਡੇ ਨਾਲ ਧੱਕਾ ਜਦੋਂ ਦੇ ਅਸੀਂ ਆਜ਼ਾਦ ਹੋਏ ਜਸਟ ਬਾਅਦ ਹੀ ਹੋਣ ਲੱਗ ਗਈ। ਸਾਨੂੰ ਕਿਹਾ ਗਿਆ ਸੀ ਸਿੱਖ ਇੱਕ ਜਰਾਇਮ ਪੇਸ਼ਾ ਹੈ, ਔਰ 1955 ਵਿੱਚ ਹੀ ਸਾਡੇ ਦਰਬਾਰ ਸਾਹਿਬ 'ਤੇ ਹਮਲਾ ਵੀ ਹੋ ਗਿਆ ਸੀ, ਸਿਰਫ 8 ਸਾਲ ਬਾਅਦ ਹੀ। ਔਰ ਦੇਸ਼ ਦੀ ਆਜ਼ਾਦੀ ਦਾ ਜਿੰਨਾ ਖਮਿਆਜ਼ਾ ਪੰਜਾਬ ਨੇ ਭੁਗਤਿਆ ਨਾ, ਉਦੋਂ ਜਨਸੰਖਿਆ ਬਹੁਤ ਘੱਟ ਸੀ, 10 ਲੱਖ ਬੰਦਾ ਮਰ ਗਿਆ ਸੀ, 10 ਲੱਖ ਬੰਦਾ ਇਹਨਾਂ ਗੱਲ ਤੋਂ ਪੰਜਾਬ ਵੱਢ ਕੇ ਰੱਖਤਾ, ਵੱਢ ਕੇ ਰੱਖਤਾ। ਸਾਡਾ ਤਾਂ ਬਹੁਤ ਮਤਲਬ ਮਾਨਾ ਮੱਤਾ ਸ਼ਾਨਾ ਮੱਤਾ ਇਤਿਹਾਸ ਸੀ, ਸਾਡਾ ਤਾਂ ਸਿੱਖ ਰਾਜ ਸੀ, ਸਾਡਾ ਤਾਂ ਅਸੀਂ 7 ਸਾਲ ਰਾਜ ਕੀਤਾ। ਲੋਕ ਸਭਾ ਦੇ ਵਿੱਚ ਨਾ ਇੱਕ ਉੱਥੋਂ ਦਾ ਕੋਈ ਮੈਨੂੰ ਹੁਣ ਯਾਦ ਨਹੀਂ ਆ ਰਿਹਾ ਨਾਮ, ਮੈਂਬਰ ਪਾਰਲੀਮੈਂਟ ਬਣਿਆ ਤੇ ਉਹਨੇ ਹਿੰਦੂ ਰਾਸ਼ਟਰ ਦਾ ਇੱਕ ਨਾਰਾ ਬਣਾ ਰਿਹਾ, ਉਹਨੇ ਇਹਦੇ ਵਿੱਚ ਇੱਕ ਗੱਲ ਕੀਤੀ, ਤੁਹਾਡੇ ਸ਼ਾਇਦ ਵੀਡੀਓ ਧਿਆਨ 'ਚ ਹੋਵੇ, ਨਹੀਂ ਤਾਂ ਮੈਂ ਸੁਣਾਵਾਂ। ਨਹੀਂ, ਮੈਨੂੰ ਇੱਕ ਮਿੰਟ ਮੇਰੀ ਬੇਨਤੀ ਸੁਣੋ ਜਗਮੀਤ ਜੀ, ਉਹਨੇ ਕਹਿ ਤਾਂ ਹੋਊਗਾ, ਇਹ ਤਾਂ ਵਾਰ ਵਾਰ ਕਹਿੰਦੇ ਸੀ ਹਿੰਦੂ ਰਾਸ਼ਟਰ ਲੈਣਾ, ਜੇ ਇਹੀ ਸਾਡਾ ਭਾਈ ਸਰਬਜੀਤ ਸਿੰਘ ਖਾਲਸਾ ਤੇ ਖਾਲਿਸਤਾਨ ਜ਼ਿੰਦਾਬਾਦ ਕਹਿ ਜਾਂਦਾ ਤਾਂ ਸਾਰਿਆਂ ਨੇ ਪਿੱਟ ਮਾਰਨਾ ਸੀ। ਖਾਲਸਾ ਬਾਗ ਜੀ ਫਤਿਹ ਚੁੱਪ ਜਾਂਦੀ ਹੈ, ਖਾਲਿਸਤਾਨ ਦੀ ਤਾਂ ਗੱਲ ਹੀ ਦੂਰ ਹੈ। ਹਿੰਦੂ ਰਾਸ਼ਟਰ ਤੇ ਖਾਲਿਸਤਾਨ 'ਚ ਫਰਕ ਤਾਂ ਕੋਈ ਨਹੀਂ ਨਾ, ਹਿੰਦੂ ਰਾਸ਼ਟਰ ਕਹਿਣਾ ਤੇ ਖਾਲਿਸਤਾਨ ਕਹਿਣਾ ਸੇਮ ਚੀਜ਼ ਹੈ। ਹਾਂ, ਉਹ ਆਪਦਾ ਮੰਗ ਰਹੇ, ਆਪਦਾ ਮੰਗ ਰਹੇ, ਸੇਮ ਚੀਜ਼ ਹੈ ਨਾ। ਤੇ ਜੇ ਅਸੀਂ ਕਹਿੰਦੇ ਤਾਂ ਹੁਣ ਅੱਗ ਲੱਗ ਜਾਣੀ ਸੀ ਸਾਰੇ ਭਾਰਤ 'ਚ ਹੀ। ਔਰ ਜਿਹੜਾ ਇਹ ਟੁੱਕੜ ਵੋਚ ਮੀਡੀਆ, ਗੋਦੀ ਮੀਡੀਆ, ਜਿਹੜਾ ਮੋਦੀ ਦੇ ਟੁੱਕੜਾਂ 'ਤੇ ਪਲਦਾ, ਆਰ ਐੱਸ ਐੱਸ ਦੇ ਟੁੱਕੜਿਆਂ 'ਤੇ ਪਲਦਾ, ਇਹਨਾਂ ਨੇ ਤਾਂ ਪਿੱਟ ਮਰਨਾ ਸੀ। ਆਹ ਕੰਗਣਾ ਰਣੌਤ ਆਈ ਹੈ ਆਪਣੇ ਏਅਰਪੋਰਟ 'ਤੇ ਚੰਡੀਗੜ੍ਹ, ਉੱਥੇ ਨਾ ਇਹਨੇ ਇੱਕ ਲੜਕੀ ਸੀ ਆਪਣੀ ਬੇਟੀ ਕੁਲਵਿੰਦਰ ਕੌਰ, ਉਹਨੂੰ ਕਹਿੰਦੀ ਕੌਰ, ਕੌਰ ਇਜ਼ ਖਾਲਿਸਤਾਨੀ, ਉਹ ਬੱਚੀ ਨੂੰ ਗੁੱਸਾ ਆ ਗਿਆ। ਵੈਸੇ ਮੈਂ ਤਾਂ ਉਹਨੂੰ ਵੀ ਕਮਲੀ ਕਹੂੰਗੀ ਵੀ ਖਾਲਿਸਤਾਨੀ ਕਹੇ ਤਾਂ ਗੁੱਸਾ ਹੀ ਕਿਉਂ ਕਰਦੀਆਂ, ਤਾਂ ਖੁਸ਼ ਹੋ ਵੀ ਸਾਨੂੰ ਖਾਲਿਸਤਾਨੀ ਮੰਨਦੇ ਆ ਹੀ, ਖਾਲਿਸਤਾਨ ਮਤਲਬ ਕੀ ਹੈ ਪਿਓਰ, ਅਤੇ ਉਹ ਬੱਚੀ ਨੇ ਇਹਦੇ ਥਪੇੜਾ ਮਾਰਤਾ। ਅਤੇ ਕੰਗਣਾ ਹੋਰਾਂ ਦੀ ਅਤੇ ਕੰਗਣਾ ਦੀ ਭੈਣ ਦਾ ਬਿਆਨ ਸੀ ਵੀ ਅੱਤਵਾਦ ਆ ਗਿਆ, ਅੱਤਵਾਦ ਤਾਂ ਹੈ ਜਿਹੜਾ ਤੁਸੀਂ ਸਾਡਾ ਭਾਈ ਅੰਮ੍ਰਿਤਪਾਲ ਨਹੀਂ ਛੱਡ ਰਹੇ, ਇਹ ਅੱਤਵਾਦ।
ਅਤਵਾਦ ਤਾਂ ਉਹ ਹੈ ਜਿਹੜਾ ਤੁਸੀਂ ਮਤਲਬ ਮੁਸਲਮਾਨ ਭਰਾਵਾਂ ਨੂੰ ਕੁੱਟ ਕੁੱਟ ਮਾਰਦੇ ਨੇ ਵੀ ਤੁਹਾਡੀ ਪਤੀਲੀ 'ਚ ਗਊ ਮਾਸ ਰਿੱਝ ਹੈ। ਅਤਵਾਦ ਤਾਂ ਉਹ ਜਿਹੜਾ ਮਨੀਪੁਰ 'ਚ ਤੁਸੀਂ ਇੱਕ ਫੌਜੀ ਅਫਸਰ ਦੀ ਬੇਟੀ ਸੀ, ਉਹਦੀ ਪਤਨੀ ਸੀ, ਉਹਨਾਂ ਨੂੰ ਨੰਗਾ ਭਜਾਇਆ। ਅਤਵਾਦ ਤਾਂ ਉਹ ਜਿਹੜਾ 2002 'ਚ ਤੁਸੀਂ ਗੁਜਰਾਤ 'ਚ ਦੰਗੇ ਕੀਤੇ, ਕਿੱਥੇ ਇਹਨਾਂ ਦਾ ਤਾਂ ਅੱਤਵਾਦ ਹਜ਼ਾਰਾਂ ਲੱਖਾਂ ਹੀ ਹੈ, ਤਾਂ ਘੱਟ ਗਿਣਤੀਆਂ ਇਹਨਾਂ ਦੇ ਸੇਫ ਨਹੀਂ। RSS ਦੇ ਮਤਲਬ ਮੋਦੀ ਦੇ ਰਾਜ ਵਿੱਚ, ਭਾਰਤੀ ਜਨਤਾ ਪਾਰਟੀ ਦੇ ਰਾਜ ਵਿੱਚ ਘੱਟ ਗਿਣਤੀਆਂ ਸੇਫ ਨਹੀਂ। ਅੰਮ੍ਰਿਤਪਾਲ ਵੀਰ ਨੂੰ ਛੱਡਣਾ ਇਹਨਾਂ ਦੀ ਮਜਬੂਰੀ ਬਣ ਜਾਣਾ, ਅਤੇ ਪਰ ਜੇ ਨਾ ਵੀ ਛੱਡਣਗੇ ਇਹਨਾਂ ਲਈ ਕੋਈ ਨਹੀਂ ਬਾਈ, ਜਦੋਂ ਸਾਡਾ ਭਗਵੰਤ ਮਾਨ ਵੀ ਉਹ ਜਾਂ ਕਮਲਾ ਸਿਆਣਾ ਹੈਗਾ, ਇਸੇ ਨੇ ਤਾਂ ਪਹਿਲਾਂ ਉੱਥੋਂ ਕੰਪਨੀਆਂ ਲਈਆਂ, ਅਮਿਤ ਸ਼ਾਹ ਨਾਲ ਮੀਟਿੰਗ ਕਰਕੇ ਆਇਆ, ਹੁਣ ਜਿੱਤੇ ਜਿਤਾਏ ਬੰਦੇ ਦੀ ਸਾਲ ਦੀ ਫਿਰ ਇਹਨੇ ਸੇ ਵਧਾਤੀ। ਅੱਛਾ ਨਾਲ ਦੇਖੋ ਤੁਸੀਂ ਇਕੱਲੇ ਅੰਮ੍ਰਿਤਪਾਲ ਸਾਹਿਬ ਨਹੀਂ, 100 ਮੁੰਡਾ ਹੋਰ ਹੋਊ ਘੱਟੋ ਘੱਟ, 150 ਮੁੰਡਾ ਕੋਈ ਅੰਮ੍ਰਿਤਸਰ ਸਾਹਿਬ ਦੀਆਂ ਜੇਲ੍ਹਾਂ 'ਚ ਹੈ ਜਿਨ੍ਹਾਂ ਬਾਰੇ ਆਪਾਂ ਕਦੇ ਚਰਚਾ ਹੀ ਨਹੀਂ ਕੀਤੀ। ਹੁਣ ਤੁਸੀਂ ਐਂ ਦੇਖੋ ਵੀ ਵਾਟਰ ਕੈਨਨ ਵਾਲੇ ਨਵਦੀਪ ਬਾਰੇ ਆਪਣੇ ਸਿੱਖ ਕਿੰਨਾ ਕੁ ਕੋਈ ਐਜੀਟੇਸ਼ਨ ਕਰ ਰਹੇ ਆ, ਉਹਨਾਂ ਦੇ ਪਰਿਵਾਰ ਨੂੰ ਸ਼ਾਇਦ ਮੈਨੂੰ ਲੱਗਦਾ ਵੀ ਨਹੀਂ ਐਜੀਟੇਸ਼ਨ ਕਰ ਰਹੇ ਆ, ਆਉਣਾ ਹੀ ਮਹਿੰਗਾ ਪੈ ਗਿਆ। ਨਹੀਂ ਕੋਈ ਕਰ ਰਹੇ ਆ ਆਪਣੇ ਤਾਂ ਮਤਲਬ ਲੋਕ ਜਮਾਂ ਉਹੀ ਕਹਿੰਦੇ ਵੀ ਬੇਪੈਂਦੇ ਦੇ ਲੋਟੇ ਆ। ਕੋਈ ਬੰਦਾ ਸਾਡੇ ਪਿੱਛੇ ਨੌਜਵਾਨ ਮੁੰਡੇ ਨੂੰ ਅਣਮਨੁੱਖੀ ਤਸ਼ੱਦਦ ਕੀਤਾ ਗਿਆ ਪਰ ਕੋਈ ਬੋਲਿਆ ਨਹੀਂ, ਤੇ ਕੋਈ ਬੋਲਿਆ ਹੀ ਨਹੀਂ। ਆ ਕਿਸਾਨ ਯੂਨੀਅਨ ਕਿੱਥੇ ਮਰ ਗਈਆਂ ਬਈ, ਕਿੱਥੇ ਮਰ ਗਈਆਂ? ਊ ਤਾਂ ਇਹ ਰੋਜ਼ ਰੇਲ ਗੱਡੀਆਂ ਦੇ ਚੱਕੇ ਜਾਮ ਕਰ ਦਿੰਦੇ, ਹੁਣ ਕਰਨਾ ਇਹਨਾਂ ਦਾ ਫਰਜ਼ ਬਣਦਾ ਸੀ। ਮੈਂ ਸਾਰਿਆਂ ਨੂੰ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦੀ ਆ ਕਿ ਉਹ ਸਾਡਾ ਬੱਚਾ ਨਵਦੀਪ, ਉਹਦੇ ਲਈ ਆਵਾਜ਼ ਬੁਲੰਦ ਕਰੋ। ਜੇ ਆਪਾਂ ਰਲ ਕੇ ਭਾਨੇ ਸਿੱਧੂ ਲਈ ਆਵਾਜ਼ ਬੁਲੰਦ ਕੀਤੀ ਸੀ ਤਾਂ ਭਗਵੰਤ ਮਾਨ ਨੂੰ ਝੁਕਣਾ ਪਿਆ। ਝੋਟੇ 'ਤੇ ਝੂਠੇ ਪਰਚੇ ਨੇ ਪਾਏ ਭਗਵੰਤ ਮਾਨ ਨੇ, ਝੋਟਾ ਵੀ ਨਸ਼ੇ ਬੰਦ ਕਰਾਉਂਦਾ ਸੀ, ਮੌੜ ਮੰਡੀ ਦੀ ਇੱਕ ਔਰਤ ਤੋਂ ਬਲਜਿੰਦਰ ਕੌਰ ਸੀ ਕਿ ਪਤਾ ਨਹੀਂ ਕੀ ਸੀ, ਉਹ ਤੋਂ ਝੂਠਾ ਪਰਚਾ ਦਵਾਤਾ, ਬਾਅਦ 'ਚ ਉਹਨੇ ਪਰਚਾ ਵੀ ਵਾਪਸ ਲੈ ਲਿਆ। ਉਹ ਕਹਿੰਦੀ ਮੇਰੇ ਤੋਂ ਤਾਂ ਝੂਠਾ ਦਵਾਇਆ ਇਹਨਾਂ ਨੇ। ਕਿਰਕਰੀ ਤਾਂ ਇਹਨਾਂ ਦੀ ਬਹੁਤ ਵਾਰੀ ਹੋਈ ਹੈ, ਭਾਨੇ ਸਿੱਧੂ 'ਤੇ ਇਕੱਲੇ 'ਤੇ ਪਰਚੇ ਨਹੀਂ ਪਾਏ, ਨੌ ਉਹਦੇ ਬਜ਼ੁਰਗ ਪਿਓ ਅਤੇ ਉਹਦੀਆਂ 2 ਭੈਣਾਂ ਅਤੇ 1 ਭੈਣ ਤਾਂ ਸਰਕਾਰੀ ਟੀਚਰ ਹੈ, ਛੋਟੇ ਭਾਈ ਤਾਂ ਬਸ ਇਕੱਲੀ ਦਾਦੀ ਛੱਡੀ ਸੀ। ਆਹ ਹੁਣ ਇੱਕ ਮੁੰਡਾ ਹੋਰ ਸੀ ਵਿਚਾਰਾ, ਭੋਲਾ ਭੰਡਾਰੀ ਜਾਂ ਕੀ ਹੈ ਫਾਜ਼ਿਲਕਾ ਦਾ, ਗਰੀਬ ਘਰ ਦਾ ਬੱਚਾ, ਕੀ ਨਾਂ ਉਹਦਾ, ਵਿਸ਼ਵਦੀਪ, ਦੱਸੋ ਉਹਨੂੰ ਚੱਕ ਕੇ ਜੇਲ੍ਹ 'ਚ। ਜਿਹੜਾ ਵੀ ਕੋਈ ਚੱਜ ਦੀ ਗੱਲ ਕਰਦਾ ਜਾਂ ਇਹਨਾਂ ਨੂੰ ਕੋਈ ਸਵਾਲ ਪੁੱਟ ਕਰਦਾ ਉਹ ਇਹਨਾਂ ਨੂੰ ਚੰਗਾ ਨਹੀਂ ਲੱਗਦਾ। ਅਤੇ ਕਦੇ ਜਿਹੜਾ ਇਹਨਾਂ ਨੇ ਸਾਡੇ ਮਸਲੇ ਆ ਉਹ ਉਠਾਏ ਕਦੇ ਵੀ? ਅੱਜ ਭਾਖੜਾ ਮੈਨੇਜਮੈਂਟ ਬੋਰਡ 'ਚ, ਮੈਂ ਭਗਵੰਤ ਮਾਨ ਸਾਹਿਬ ਨੂੰ ਪੁੱਛਦੀ ਹਾਂ, ਅੱਜ ਭਾਖੜਾ ਮੈਨੇਜਮੈਂਟ ਬੋਰਡ 'ਚ ਸਾਡੀ ਪੰਜਾਬ ਦੀ ਮੈਂਬਰੀ ਹੈ ਨਹੀਂ, ਸਾਡੇ ਸਿਰ 'ਤੇ ਮੁਸੱਲਤ ਹੋਵੇ ਭਾਖੜਾ, ਜਦੋਂ ਜੀ ਚਾਹੁਣਗੇ ਇਹ ਪਾਣੀ ਛੱਡਣਗੇ। ਆ ਜਿਹੜੇ ਪਿਛਲੇ ਸਾਲ ਹੜ੍ਹ ਆਏ ਸੀ ਨਾ ਅਗਸਤ, ਜੋ ਮੈਨ ਮੇਡ ਸੀ, ਜੇ ਉੱਪਰੋਂ 12 ਤਰੀਕ ਨੂੰ ਪਾਣੀ ਆਇਆ, ਥੋੜ੍ਹਾ 12 ਨੂੰ ਰਿਲੀਜ਼ ਕਰੋ, ਥੋੜ੍ਹਾ 13 ਨੂੰ, ਥੋੜ੍ਹਾ 14 ਨੂੰ, ਥੋੜ੍ਹਾ 15 ਨੂੰ, 16 ਅਗਸਤ ਨੂੰ ਇੱਕਦਮ ਪਾਣੀ ਛੱਡ ਕੇ ਪੰਜਾਬ ਨੂੰ ਉਜਾੜਿਆ, 3 ਵਾਰੀ ਪਾਣੀ ਛੱਡਿਆ। ਔਰ ਕਿਹਨੇ ਮਦਦ ਕੀਤੀ ਹੈ ਤਾਂ ਕਹਿੰਦਾ ਮੁਰਗੀ ਮਰੀ ਦੇ ਪੈਸੇ ਦਿਓ, ਕੋਈ ਪੰਜੀ ਦਿੱਤੀ ਕਿਸੇ ਨੂੰ? ਮਦਦ ਕੀਤੀ ਖਾਲਸਾਈਡ ਵਾਲੇ ਭਾਈ ਰਵੀ ਸਿੰਘ ਖਾਲਸਾ ਨੇ, ਔਰ ਤੁਹਾਡੇ ਵਰਗੇ ਪੰਜਾਬ ਦੇ ਨੌਜਵਾਨਾਂ ਨੇ, ਭਾਨੇ ਸਿੱਧੂ ਵਰਗਿਆਂ ਨੇ, ਲੱਖੇ ਸਿਧਾਣੇ ਵਰਗਿਆਂ ਨੇ, ਜਿਨ੍ਹਾਂ ਨੇ ਲੱਖਾਂ ਟਰੈਕਟਰ ਲਾ ਕੇ ਜ਼ਮੀਨਾਂ ਪੱਧਰ ਕੀਤੀਆਂ। ਮੈਂ ਵੀਡੀਓਜ਼ ਵੇਖੀਆਂ, ਇੱਕ ਔਰਤ ਰੋ ਰਹੀ ਸੀ, ਕਹਿੰਦੀ ਮੇਰੇ 3 ਬੱਚੇ ਆ, ਮੈਂ ਵਿਧਵਾ, ਛੋਟੀ ਜਿਹੀ ਉਮਰ ਦੀ ਸੀ, ਕਹਿੰਦੀ ਮੇਰੇ ਕੋਲ ਤਾਂ ਛੋਟਾ ਵਾਹਣ ਹੀ ਹੈ 2.5-3 ਕਿੱਲਿਆਂ ਦਾ, ਕਹਿੰਦੀ 7-7 ਫੁੱਟ ਦੇ ਉੱਚੇ ਟਿੱਲੇ ਲੱਗ ਗਏ ਜਾਂ ਡੂੰਘੇ ਟੋਏ ਪੈ ਗਏ, ਕਿਵੇਂ ਰੋਟੀ ਖਾਵਾਂਗੇ ਅਸੀਂ? ਇਸ ਮਦਦ ਕੀਤੀ ਇੱਕ ਦੂਜੇ ਦੀ ਸਿੱਖਾਂ ਨੇ ਆਪ ਹੀ, ਪੰਜਾਬੀਆਂ ਨੇ ਆਪ ਹੀ, ਚਾਹੇ ਉਹ ਲੱਖਾਂ ਸਿਧਾਣਾ ਸੀ, ਚਾਹੇ ਭਾਨਾ ਸਿੱਧੂ, ਚਾਹੇ ਮੇਰਾ ਭਰਾ ਰਵੀ ਸਿੰਘ ਖਾਲਸਾਈਡ ਵਾਲੇ, ਜਿਨ੍ਹਾਂ ਨੇ ਹਜ਼ਾਰਾਂ ਲੱਖਾਂ ਕਰੋੜਾਂ ਰੁਪਈਆਂ ਦਾ ਡੀਜ਼ਲ ਦਿੱਤਾ, ਅਤੇ ਤੁਹਾਡੇ ਵਰਗੇ ਨੌਜਵਾਨਾਂ ਨੇ, ਪੰਜਾਬਦਿਆਂ ਨੇ ਆਪਦੇ ਟਰੈਕਟਰ ਲਾ ਕੇ ਜ਼ਮੀਨਾਂ ਪੱਧਰ ਕੀਤੀਆਂ, ਤਾਂ ਕਹਿੰਦਾ ਮੁਰਗੀ ਮਰੀ ਦੇ ਵੀ ਪੈਸੇ ਦਿਓ, ਕੁਛ ਨਹੀਂ ਕੀਤਾ, ਸਗੋਂ ਪਹੁੰਚੇ ਜੇ ਲਬੇੜ ਕੇ ਝੁੱਠੀਆਂ ਇਹ ਫੋਟੋਆਂ ਜੀਆਂ ਕਰਾਉਂਦਾ ਰਿਹਾ। ਇਹ ਮਸਖਰਾ ਬੰਦਾ, ਕੋਈ ਸਾਡੇ ਪੰਜਾਬ ਵਾਸਤੇ ਇਹਦੀ ਕੋਈ ਪਲਾਨਿੰਗ ਨਹੀਂ। ਇਹ ਤਾਂ ਕਹਿੰਦੇ ਘਰ ਘਰ ਨੌਕਰੀ ਦੇਊਗਾ, ਹਰਾ ਪੈਨ ਤੁਹਾਡੇ ਲਈ ਚੱਲੂਗਾ, ਕਿਸੇ ਦੇ ਧਰਨਾ ਨਹੀਂ ਲੱਗਣਾ, ਧਰਨਾ ਹੁਣ ਵੀ ਇਹਦੇ ਬਾਰ ਮੂਹਰੇ ਲੱਗਿਆ ਪਿਆ। ਇੱਕ ਬੱਚੀ ਹੈ, ਮੈਂ ਹੁਣ ਸੰਗਰੂਰ 'ਚ ਨਾ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਕੰਪੇਨ ਚਲਾ ਕੇ ਆਈ ਹਾਂ, ਸਿਧਾਣਾ ਸਾਹਿਬ ਗੁਰਦੁਆਰੇ ਕੋਲ ਟਾਵਰ 'ਤੇ ਚੜ੍ਹੀ ਬੈਠੀ ਹੈ, ਉਹ ਸਾਡੀ ਧੀ ਹੈ, ਪੰਜਾਬ ਦੀ, 45-46 ਡਿਗਰੀ ਤਾਪਮਾਨ ਹੋਵੇ, 3.5 ਮਹੀਨੇ ਹੋ ਗਏ ਬੱਚੀ ਉੱਥੇ ਚੜ੍ਹੀ ਵੀ ਹੈ, ਜੇ ਐਡਾ ਹੀ ਤੂੰ ਚੰਗਾ ਉਹ ਧੀ ਨੂੰ ਹੀ ਲਾ ਲਿਆ। ਹੋਰ ਬੱਚੀਆਂ ਵੀ ਬੈਠੀਆਂ ਥੱਲੇ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਵੀ ਦੇ ਤੇ, ਉਹਨਾਂ ਦੇ ਮੈਡੀਕਲ ਵੀ ਹੋ ਗਏ ਅਤੇ ਉਹਨਾਂ ਨੂੰ ਜੁਆਇਨ ਨਹੀਂ ਕਰਾਇਆ। ਇਹ
ਲੋਕ ਕੁਰਸੀ 'ਤੇ ਜਦੋਂ ਆ ਜਾਂਦੇ ਉਦੋਂ ਅੰਨੇ ਬੋਲੇ ਹੋ ਜਾਂਦੇ ਆ। ਪਹਿਲਾਂ ਇਹਨਾਂ ਦਾ ਹੋਰ ਹੁੰਦਾ, ਮਤਲਬ ਆਪਾਂ ਨੂੰ ਉਹੀ ਗੱਲ ਵੀ ਹਾਥੀ ਦੇ ਦੰਦ ਖਾਣ ਵਾਲੇ ਹੋਰ ਅਤੇ ਦਿਖਾਉਣ ਵਾਲੇ ਹੋਰ। ਪਹਿਲਾਂ ਸਾਨੂੰ ਇਹਨਾਂ ਨੇ ਭਿੱਚ ਲਿਆ, ਅਸੀਂ ਇਹਨਾਂ ਦੇ ਭਿੱਚਲੇ 'ਚ ਆ ਗਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਸੀ, ਸਾਰੇ ਸਿੱਖ ਰੋ ਰਹੇ ਸੀ ਵੀ ਤੁਹਾਨੂੰ ਬੇਅਦਬੀ ਦਾ ਇਨਸਾਫ ਦਿਉ। ਤੁਸੀਂ ਕੇਜਰੀਵਾਲ ਵਾਲੀ ਵੀਡੀਓ ਵੇਖੀ ਹੋਣੀ ਆ, ਫਿਰ ਕਹਿੰਦੇ ਸੀ ਨਸ਼ੇ ਮੈਂ 4 ਹਫ਼ਤਿਆਂ 'ਚ ਬੰਦ ਕਰ ਦੂੰ, ਘਰ ਘਰ ਨੌਕਰੀ ਹੋ ਜੂਗੀ। ਜਿਹੜੀ ਕੋਈ ਗਰੀਬਾਂ ਨੂੰ ਕਣਕ ਆਉਂਦੀ ਸੀ ਉਹ ਵੀ ਘਟਾ ਤੀ ਇਹਨਾਂ ਨੇ ਤਾਂ, ਨਰੇਗਾ ਦੇ ਕਾਰਡ ਬੰਦ ਕਰਤੇ। ਇੱਕ ਕੋਈ ਵਿਚਾਰੇ ਸਰਪੰਚ ਸੀ, ਉਹਨਾਂ ਨੂੰ ਕੋਈ ਭੱਤਾ ਭੁੱਤਾ ਆਉਂਦਾ, ਮਾਣ ਭੱਤਾ ਉਹ ਵੀ ਬੰਦ ਕਰਤਾ। 75 ਸਾਲਾਂ ਵਿੱਚ ਦੂਜੀਆਂ ਪਾਰਟੀਆਂ ਨੇ, ਚਾਹੇ ਉਹ ਕਾਂਗਰਸ ਸੀ ਚਾਹੇ ਅਕਾਲੀ ਸੀ, 3 ਲੱਖ ਕਰੋੜ ਦਾ ਕਰਜ਼ਾ ਲਿਆ ਸੀ। ਇਸ ਭਗਵੰਤ ਮਾਨ ਸਾਹਿਬ ਨੇ ਸਾਰੇ 22-23 ਮਹੀਨਿਆਂ 'ਚ 80,000 ਕਰੋੜ ਦਾ ਹੋਰ ਕਰਜ਼ਾ ਲੈ ਲਿਆ। ਦੱਸੋ ਪੰਜਾਬ ਨੂੰ ਕਿੱਡਾ ਕਰਜ਼ਾਈ ਕਰਤਾ, ਰੇਸ਼ੋ ਕੱਢ ਕੇ ਵੇਖ ਲਿਓ ਜੀ। ਮਤਲਬ ਕੀਤਾ ਕੀ ਆ, ਕੋਈ ਵੱਡਾ ਮੈਡੀਕਲ ਕਾਲਜ ਬਣਾਇਆ ਹੋਵੇ ਜਾਂ ਕੋਈ ਪੰਜਾਬ ਲਈ ਹੋਰ ਕੁਛ ਕੀਤਾ ਹੋਵੇ ਤਾਂ ਮੈਂ ਮੰਨਾਂ, ਕੋਈ ਪਾਲਿਸੀ ਹੈ ਨਹੀਂ। ਅੱਜ ਸਾਡੇ ਬੱਚੇ ਵਿਚਾਰੇ ਨਸ਼ਿਆਂ ਵੱਲ ਜਾ ਰਹੇ ਨੇ, ਦੁੱਗਣਾ ਤਿੱਗਣਾ ਨਸ਼ਾ ਹੋ ਗਿਆ ਪਹਿਲਾਂ ਨਾਲੋਂ। ਕੱਲ ਮੈਂ ਲੱਖਾ ਸਧਾਣਾ ਜੀ ਦੀ ਤੁਸੀਂ ਸ਼ਾਇਦ ਕਰਕੇ ਲਿਆਏ ਹੋ ਇੰਟਰਵਿਊ ਸੁਣ ਰਹੀ ਸੀ, ਕਹਿੰਦੇ ਵੀ 13 ਦਿਨਾਂ ਵਿੱਚ 27 ਮੁੰਡੇ ਮਰ ਗਏ ਜੀ। ਬਿਲਕੁਲ, ਅੱਜ ਕੱਲ ਹੋਰ ਮਰੇ ਹੋਣਗੇ, ਤੇ ਫਿਰ ਉਹ ਕਿਹਨੇ ਹਟਾਣੇ ਆ? ਪੰਜਾਬ ਦੀ ਸਰਕਾਰ ਨੇ ਫਿਰ ਇਹ ਸੁੱਤੀ ਪਈ ਹੈ। ਕੱਲ ਪਰਸੋਂ ਮੈਂ ਭਗਵੰਤ ਮਾਨ ਸਾਹਿਬ ਦਾ ਕੋਈ ਬਿਆਨ ਵੇਖ ਰਹੀ ਸੀ, ਅਖੇ ਸਾਡੇ ਭਮੱਕੜਾਂ ਨੂੰ ਹੁਣ ਸਤਿਕਾਰ ਮਿਲਿਆ ਕਰੂ। ਉਹ ਇਕੱਲੇ ਭਮੱਕੜਾਂ ਨੇ ਨਹੀਂ ਸੀ ਜਿਤਾਇਆ, ਅਸੀਂ ਸਾਰਿਆਂ ਨੇ ਵੋਟਾਂ ਪਾਈਆਂ ਸੀ। ਐਵੇਂ ਨਹੀਂ 92 MLA ਹੋ ਗਏ ਸੀ, ਅਸੀਂ ਦੁਖੀ ਹੋਏ ਪਏ ਸੀ 75 ਸਾਲਾਂ 'ਚ ਕਾਂਗਰਸੀਆਂ ਤੋਂ ਵੀ, ਅਕਾਲੀਆਂ ਤੋਂ ਵੀ, ਇਹਨਾਂ ਦੀ 75-25 ਚੱਲਦੀ ਸੀ। ਹੁਣ ਇਹੀ ਭਗਵੰਤ ਮਾਨ ਕਹਿੰਦਾ ਮੈਂ ਰਾਜੇ ਵੜਿੰਗ ਦੀਆਂ ਜਿਹੜੀਆਂ ਬਾਡੀਆਂ ਨੇ ਬਣਵਾਈਆਂ ਰਾਜਸਥਾਨ 'ਚੋਂ, ਉਹਨਾਂ ਦਾ ਮੈਂ ਕਰੂੰਗਾ ਹਿਸਾਬ। ਕੀਤਾ ਨਾ ਫਿਰ, ਕਿਉਂ ਨਹੀਂ ਕੀਤਾ? ਇਹ ਸਵਾਲ ਪੁੱਛਿਆ ਕਰੋ ਇਹਨਾਂ ਤੋਂ, ਇਹ ਫੇਲ ਆ ਬੰਦੇ। ਕੁਛ ਨਹੀਂ ਇਹਨਾਂ ਨੇ ਕੀਤਾ ਪੰਜਾਬ ਦਾ, ਨਾ ਇਹਨਾਂ ਨੇ ਕਰਨਾ, ਨਾ ਇਹਨਾਂ ਕੋਲ ਕੋਈ ਪਾਲਿਸੀ ਹੈ। ਅੱਜ ਸਾਡੇ PhD ਕਰੇ ਬੱਚੇ ਝੋਨਾ ਲਾਈ ਜਾਂਦੇ ਆ, ਦੱਸੋ ਕੀ ਪਾਲਿਸੀ ਹੈ? ਸਾਡੇ ਨੌਜਵਾਨ ਬੱਚੇ ਕਿੱਲਾ ਵੇਚਦੇ ਆ, ਬਾਹਰਲੇ ਮੁਲਕਾਂ ਨੂੰ ਪ੍ਰਵਾਸ ਕਰ ਜਾਂਦੇ, ਇਹਨਾਂ ਨਸ਼ਿਆਂ ਨਾਲ ਮਰ ਰਹੇ ਆ ਜੀ। ਕੁਛ ਵੀ ਨਹੀਂ ਹੈਗਾ ਇਹਨਾਂ ਦੇ ਪੱਲੇ। ਜੇ ਭਗਵੰਤ ਮਾਨ ਸਾਹਿਬ ਨੇ ਆਪਦੇ 'ਚ ਸੁਧਾਰ ਨਹੀਂ ਕੀਤਾ, ਹੁਣ ਤਾਂ 13 ਤੋਂ 3 ਤੇ ਆਇਆ ਨਾ, ਤੇ ਤੁਸੀਂ ਮੇਰੀ ਗੱਲ ਨੋਟ ਕਰ ਲਓ, ਅੱਜ ਦੀ ਕਈ 2.5 ਸਾਲਾਂ ਨੂੰ ਫਿਰ ਚੋਣਾਂ ਵਿਧਾਨ ਸਭਾ ਦੀਆਂ, 0 ਵੀ ਨਹੀਂ ਰਹਿਣੀ ਇਹਨਾਂ ਦੇ ਪੱਲੇ। ਲੋਕ ਪੰਜਾਬ ਦੇ ਬਹੁਤ ਘੈਂਟ ਹੀ ਕਹਿ ਸਕਦੇ, ਇਹਨਾਂ ਦੀ ਫਿਤਰਤ ਜੇ ਸਿਰ ਤੇ ਪਾਉਂਦੇ ਆ ਨਾ, ਸਿਰ ਦਾ ਤਾਜ ਬਣਾਉਂਦੇ, ਤਾਂ ਫਿਰ ਰੋਲਣ ਲੱਗੇ ਵੀ 1/2 ਮਿੰਟ ਲਾਉਂਦੇ ਆ। ਤੁਸੀਂ ਵੇਖ ਲਿਓ ਵੀ ਕੀ ਇਹਦਾ ਹਸ਼ਰ ਕਰਨਗੇ ਜੀ। ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।